ਸਾਡੇ ਫੈਮਿਲੀ ਮੁਸਲਿਮ ਫੈਮਿਲੀ ਦੇ ਵਿੱਚ ਸਿਰਫ ਇੱਕ ਧੋਬਿਆਂ ਦਾ ਘਰ ਹੁੰਦਾ ਸੀਗਾ, ਉਹ ਘਰ ਸਾਡੇ ਬਿਲਕੁਲ ਸਾਹਮਣੇ ਸੀਗਾ ਜੀ, ਅਤੇ ਚਾਨਣ ਧੋਬਾ ਕਹਿੰਦੇ ਹੁੰਦੇ ਸੀਗੇ। ਉਹਦਾ ਭਰਾ ਸੀ ਛੋਟਾ ਸ਼ਾਇਦ ਰਲਾ ਜੀ, ਉਹ ਉੱਚਾ ਲੰਮਾ ਸੀਗਾ, ਚਾਨਣ ਜ਼ਿਆਦਾ ਲੰਮਾ ਨਹੀਂ ਸੀ। ਚਾਨਣ ਦੇ ਘਰ ਵਾਲੀ ਸੀਗੀ ਜੈਨਵੇ ਜੀ। ਅੱਛਾ, ਜੈਨਵੇ ਕੱਪੜੇ ਸੀਣ ਦਾ ਵੀ ਕੰਮ ਕਰਦੀ ਸੀ। ਉਹਨਾਂ ਦਾ ਮੁੰਡਾ ਇੱਕ ਸ਼ਰੀਫ, ਮੈਂ ਜਾਣਦਾ ਸ਼ਾਇਦ ਇੱਕ ਹੋਰ ਵੀ ਸੀਗਾ, ਮੈਂ ਉਹ ਨਹੀਂ ਜਾਣਦਾ, ਉਹ ਸ਼ਰੀਫ ਵੀ ਮੇਰਾ ਖੇ ਕੱਪੜੇ ਸੀਣ ਦਾ ਕੰਮ ਕਰਦਾ ਸੀਗਾ। ਅਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਅਗਰ ਕੋਈ ਜ਼ਿੰਦਾ ਹੈ ਜਾਂ ਉੱਥੇ ਹੀ ਸੈਟਲ ਹੈ ਤਾਂ ਉਹ ਜ਼ਰੂਰ, ਉਹਦੇ ਨਾਲ ਮੇਰਾ ਕੋਈ ਰਾਬਤਾ ਹੋ ਜਾਏ, ਕੋਈ ਗੱਲਬਾਤ ਕਹਿ ਸਕੀਏ ਕਿਸੇ ਨੂੰ। ਹਾਂਜੀ, ਮੈਂ ਰਿਕੁਐਸਟ ਕਰਾਂਗਾ, ਐਕਚੁਅਲੀ ਸਕੂਲ ਦਾ ਪ੍ਰੈਜ਼ੈਂਟ ਹੈੱਡ ਮਾਸਟਰ, ਉੱਥੇ ਹੋਰ ਵੀ ਟੀਚਰ ਮੇਰਾ ਖਿਆਲ ਅੱਜ ਕੱਲ੍ਹ ਜ਼ਿਆਦਾ ਹੈ, ਅਤੇ ਮੈਂ ਚਾਹੁੰਦਾ ਨਾ ਕਦੇ ਰਾਬਤਾ ਉਹਨਾਂ ਨਾਲ ਹੋ ਜਾਏ, ਮੈਂ ਗੱਲਬਾਤ ਕਰਾਂ। ਵਾਹ, ਉਸ ਸਕੂਲ ਦੇ ਵਿੱਚ ਮੈਂ ਪੜ੍ਹਿਆ, ਅਸੀਂ ਹਾਲਾਂਕਿ ਛੋਟੇ ਬੱਚੇ ਸੀ ਫਿਰ ਵੀ ਮਿਹਨਤ ਕਰਨਾ ਸਾਨੂੰ ਮਾਸਟਰ ਅਹਿਮਦੀਨ ਨੇ ਸਿਖਾ ਲਈ, ਯਾਦ ਕਰਦੇ। ਮਗਰ ਇਹ ਗੱਲ ਅਸੀਂ ਵੀ ਸੁਣੀ ਹੋਆ ਵੀ ਉਹ ਕਹਿੰਦੇ ਹੁੰਦੇ ਸੀ, ਮਾਝੇ ਵਾਲੇ ਕਹਿੰਦੇ ਕਿ ਦੁਆਬਿਆਂ ਦੇ ਕੁੜੀਆਂ ਪੈਦਾ ਹੁੰਦੀਆਂ ਅਤੇ ਸਾਡੇ ਵੱਲ ਨੂੰ ਪੈਰ ਕਰ ਦਿੰਦੇ ਆ। ਅਤੇ ਇੱਦਾਂ ਦੀ ਕਹਾਣੀ ਸੀਗੀ, ਲੇਕਿਨ ਇਹ ਸੀ ਕਿ ਜਵਾਲਾ ਸਿੰਘ ਨੇ ਇਹ ਕਰ ਦਿੱਤਾ ਸੀ ਵੀ ਅੱਗੇ ਉਹ ਵਾਸਤੇ ਕੁੜੀਆਂ ਹੀ ਨਨ ਮਾਝੇ ਵਾਲਿਆਂ ਨੂੰ ਦਿਓ। ਅਤੇ ਸਾਡੇ ਵੀ ਗੁਆਂਢੀ ਕਈ ਸੀਗੇ, ਉਹਨੇ ਘਰ ਦੇ ਵਿੱਚ ਆਪਣੇ ਉਹ ਖੋਦਿਆ ਕਰਕੇ ਆਪਣਾ ਸਮਾਨ ਸਮੂਹ ਸਦੂਕ ਹੁੰਦੇ ਸੀਗੇ ਜਾਂ ਉਹ ਟਰੰਕ ਜਿਹੜੇ ਥੱਲੇ ਦੱਬ ਦਿੱਤੇ, ਸ਼ਾਇਦ ਆ ਹੀ ਜਾਵਾਂਗੇ ਮੌਕੇ ਜੀ। ਹਾਂਜੀ, ਅਤੇ ਇਹ ਹਾਲਤ ਸੀਗੀ, ਉਹ ਗੱਡਿਆਂ 'ਤੇ ਸਮਾਨ ਹੋ ਗਿਆ। ਇੰਸੀਡੈਂਟਲੀ ਕੀ ਹੋਇਆ ਕਿ ਇੱਕ ਵਿਚਾਰੇ ਗਰੀਬ ਫੈਮਿਲੀ ਸੀਗੀ, ਉਹਨਾਂ ਦਾ ਗੱਡਿਆਂ ਗੁੱਡਿਆਂ 'ਤੇ ਸਮਾਨ ਤਾਂ ਕਿਨੇ ਰੱਖਿਆ ਨਹੀਂ ਜੀ, ਉਹਨਾਂ ਦੀ ਇੱਕ ਝੋਟੀ ਸੀਗੀ, ਉਹਨੇ ਆਪਣਾ ਸਮਾਨ ਉਹ ਦੋਨੇ ਪਾਸੇ ਉਹ ਝੋਟੀ 'ਤੇ ਲਟਕਾ ਕੇ ਅਤੇ ਉਹਨੂੰ ਝੋਟੀ ਨੂੰ ਲੈ ਕੇ ਤੁਰ ਪਏ। ਜਦੋਂ ਆਏ ਲਾਇਲਪੁਰ, ਉਹ ਝੋਟੀ ਦੌੜ ਗਈ ਸਾਰੇ ਸਮਾਨ 'ਚ। ਅੱਛਾ, ਇਹ ਜਦੋਂ ਗਏ ਤਾਂ ਉਹਨੇ ਲੈ ਕੇਰ ਮਸੀਤੇ ਲੈ ਗਏ, ਦਾੜੀਆਂ ਦੂੜੀਆਂ ਸਭ ਕੱਟ ਕੇ ਕਲਮਾ ਕੁਲਮਾ ਪੜ੍ਹਾ ਤਾ, ਬੰਨ ਬੁੰਨ ਕੇ ਜਦੋਂ ਆਏ ਤਾਂ ਘਰ ਦੇ ਪਛਾਣੇ ਕੀ ਬਣਿਆ। ਅੱਛਾ, ਅੱਜ ਐਤਵਾਰ ਦਾ ਦਿਨ ਆ ਅਤੇ ਮੇਰੇ ਸਾਹਮਣੇ ਭਾਟੀਆ ਸਾਹਿਬ ਬੈਠੇ ਨੇ। ਮੈਨੂੰ 47 ਨਾਲ ਸੰਬੰਧਿਤ ਬੜੇ ਲੋਕ ਮਿਲਦੇ ਰਹੇ, ਮਿਲਦੇ ਵੀ ਆ, ਪਰ ਇਹਨਾਂ ਦੇ ਵਿੱਚ ਮੈਂ ਇੱਕ ਅਜੀਬ ਖਿੱਚ ਵੇਖੀ। ਇਹ ਮੈਨੂੰ ਮੁੜ ਮੁੜ ਇਹੀ ਗੱਲ ਕਹਿੰਦੇ ਰਹੇ ਕਿ ਕਦੀ ਗੱਲਬਾਤ ਕਰਾਂਗੇ, ਪਿੰਡ ਲੱਭਾਂਗੇ, ਪਿੰਡ ਦੇ ਉਹ ਬੰਦੇ ਲੱਭਾਂਗੇ, ਉਹ ਮੁਸਲਮਾਨਾਂ ਦਾ ਇੱਕ ਟੱਬਰ ਸੀ, ਉੱਥੇ ਦੋ ਟੱਬਰ ਸੀਗੇ, ਉਹਨਾਂ ਦੀ ਗੱਲਬਾਤ ਕਰਾਂਗੇ। ਮਤਲਬ ਭਾਵੇਂ ਕਿ ਇਹਨਾਂ ਦੀ ਉਮਰ ਕੋਈ 5-7 ਸਾਲ ਹੀ ਸੀਗੀ ਜਦੋਂ ਇਹ 47 ਦੇ ਵਿੱਚ ਉੱਧਰੋਂ ਇੱਧਰ ਆਏ, ਪਰ ਇਹਨਾਂ ਦੀ ਖਿੱਚ ਬੜੀ ਵਡੇਰੀ ਆ। ਇਹਨਾਂ 76-77 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਨੇ ਹਰ ਰੋਜ਼ ਖਿਆਲ ਜਾਂ ਖੁਆਬ ਵਿੱਚ ਆਪਣਾ ਪਿੰਡ ਜ਼ਰੂਰ ਵੇਖਿਆ ਹੋਵੇਗਾ। ਅੱਜ ਵੀ ਇਹ ਸਪੈਸ਼ਲ ਚੰਡੀਗੜ੍ਹ ਤੋਂ ਮੇਰੇ ਘਰ ਮੇਰੇ ਪਿੰਡ ਆਏ, ਇਸੀ ਤਾਂਘ ਨਾਲ ਕਿ ਆਪਾਂ ਗੱਲਬਾਤ ਕਰੀਏ। ਇਹ ਗੱਲਬਾਤ ਸਰਹੱਦ ਤੋਂ ਪਾਰ ਮੇਰੇ ਪਿੰਡ ਪਹੁੰਚੇ, ਮੇਰੇ ਪਿੰਡ ਦੇ ਲੋਕਾਂ ਤੱਕ ਪਹੁੰਚੇ, ਉੱਥੋਂ ਕੋਈ ਰਾਬਤਾ ਹੋਵੇ, ਕੋਈ ਟੁੱਟੀਆਂ ਲੜੀਆਂ ਕੜੀਆਂ ਜੁੜਨ,
ਅਤੇ ਫਿਰ ਇਹਨਾਂ ਦੀ ਇਹ ਖਾਹਿਸ਼ ਵੀ ਆ ਕਿ ਕਿਸੇ ਤਰੀਕੇ ਨਾਲ ਵੀਡੀਓ ਦੀ ਸ਼ਕਲ ਦੇ ਵਿੱਚ ਇਹਨਾਂ ਦਾ ਪਿੰਡ ਜਿਹੜਾ ਇਹਨਾਂ ਨੂੰ ਵਿਖਾਈ ਦੇਵੇ। ਸੋ ਜੀ, ਕਰਦੇ ਇਹਨਾਂ ਨਾਲ ਗੱਲਬਾਤ, ਨਿੱਠ ਕੇ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਬਜ਼ੁਰਗ ਕਿਹੜੇ ਜ਼ਿਲ੍ਹੇ 'ਚੋਂ ਗਏ, ਕਿਵੇਂ ਗਏ, ਕਿਹਨਾਂ ਹਾਲਾਤਾਂ 'ਚ ਗਏ, ਉੱਥੇ ਕਿਵੇਂ ਵਸੇ, ਉਹ ਪਿੰਡ ਦਾ ਵਸੇਬ ਕਿਹੋ ਜਿਹਾ ਸੀ, ਅਤੇ ਫਿਰ 47 'ਚ ਕੀ ਹੋਇਆ, ਉਹ ਹਿਜਰਤ ਦੀ ਕਹਾਣੀ ਵੀ ਸੁਣਾਂਗੇ ਅਤੇ ਮੁੜ ਵਸਣ ਦੀ ਵਾਰਤਾ ਵੀ। ਕਰਦਿਆਂ ਦੀ ਗੱਲਬਾਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪੰਡਿਤ ਸਾਹਿਬ, ਤੁਹਾਡਾ ਪੂਰਾ ਨਾਮ ਕੀ ਹੈ ਜੀ? ਮੇਰਾ ਨਾਂ ਅਜੀਤ ਰਾਮ ਭਾਟੀਆ ਹੈ ਜੀ। ਅਤੇ ਆਪਾਂ ਨਾ ਗੱਲ ਕਰਦੇ ਹਾਂ ਪਹਿਲਾਂ ਤਾਂ ਇੱਥੋਂ ਹੀ ਕਿ ਜਦੋਂ 12 ਬੱਸੀਆਂ ਕਿਹੜੇ ਪਿੰਡ ਤੋਂ, ਕਿਹੜੇ ਇਲਾਕੇ ਤੋਂ ਤੁਹਾਡੇ ਬਜ਼ੁਰਗ ਉੱਠ ਕੇ ਗਏ? ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀਆਂ ਡਿਟੇਲ ਇੰਡੀਅਨ ਔਰ ਪੰਜਾਬ ਹਿਸਟਰੀ ਦੇ ਨਾਲ ਕਨੈਕਟਡ ਹੈ ਜੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਅਤੇ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ, ਉਹ ਤੋਂ ਬਾਅਦ 1857 ਦੇ ਵਿੱਚ ਹਿੰਦੁਸਤਾਨ 'ਚ ਗਦਰ ਹੋਇਆ ਅਗੇਂਸਟ ਅੰਗਰੇਜ਼ਾਂ ਦੇ, ਅਤੇ ਉਹਦੇ ਉੱਤੇ ਵੀ ਉਹਨੇ ਕਾਬੂ ਪਾ ਲਿਆ। ਅਤੇ 1857 ਤੋਂ ਬਾਅਦ ਜਿੱਥੇ ਤੱਕ ਮੈਂ ਪੜ੍ਹਿਆ ਸੁਣਿਆ ਜਾਂ ਹੋਰ ਹੈ, ਫਿਰ ਉਹਨਾਂ ਦੀ ਮਹਾਰਾਣੀ ਇੱਥੇ ਆਈ, ਆ ਕੇ ਕੀ ਉਹਨੇ ਕੀਤਾ ਜਾਂ ਕੀ ਕੀਤਾ, ਉਹ ਸਾਰਾ ਹਿਸਟਰੀ ਦੇ ਵਿੱਚ ਦਰਜ ਹੈ, ਮੈਂ ਜ਼ਿਆਦਾ ਉਹਦੇ ਬਾਰੇ ਨਹੀਂ ਦੱਸ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਅੰਗਰੇਜ਼ਾਂ ਦੇ ਹੱਥ ਆ ਗਿਆ ਅਤੇ ਉਹ ਸਿੱਖ ਕੌਮ ਦੇ ਉੱਤੇ ਉਹਨੇ ਬੜਾ ਫੇਥ ਕੀਤਾ, ਉਹਨਾਂ ਨੂੰ ਇਹ ਲੋਇਲ ਸਮਝਦੇ ਸੀਗੇ ਕਿਉਂਕਿ ਇਹ ਫੌਜੀ ਬੰਦੇ ਸੀਗੇ, ਲੜਨ ਲੜਾਕੇ ਸੀਗੇ, ਹੋਰ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ, ਨਹੀਂ ਪੰਜਾਬ ਦਾ ਕਿੰਨਾ ਵਿਸਤਾਰ ਕਰ ਦਿੱਤਾ ਸੀਗਾ ਜੀ। ਇਸ ਕਰਕੇ ਉਹ ਇਹਨਾਂ ਚੀਜ਼ਾਂ ਦਾ, ਸਿੱਖਾਂ ਦਾ ਵੀ ਫਾਇਦਾ ਉਠਾਉਣਾ ਚਾਹੁੰਦੇ ਸੀਗੇ ਅਤੇ ਜਿਹੜਾ ਪੰਜਾਬ ਦਾ ਇਲਾਕਾ ਆਇਆ ਇਹਦਾ ਵੀ ਫਾਇਦਾ ਉਠਾਉਣਾ ਚਾਹੁੰਦੇ ਨੇ। ਅਤੇ ਉਹਨੇ ਕੀਤਾ ਕਿ ਪੰਜਾਬ ਦੇ ਵਿੱਚ ਉਹਨੇ ਜਿੰਨਾ ਇਲਾਕਾ ਪਿਆ ਸੀਗਾ ਉਹਦੀਆਂ 12 ਜਿੰਨੀਆਂ ਸੀਗੀਆਂ ਬਾਰਕ ਹੁੰਦੀਆਂ ਸੀਗੀਆਂ ਉਹ ਏਰੀਆ ਡਿਵੈਲਪ ਕਰਨਾ ਸ਼ੁਰੂ ਕਰ ਦਿੱਤਾ। ਉਹਦੇ ਵਿੱਚ ਉਹਨੇ ਸੜਕਾਂ ਕੱਢੀਆਂ, ਉਹਨੇ ਨਹਿਰਾਂ ਕੱਢੀਆਂ, ਉਹਨੇ ਟੈਲੀਗ੍ਰਾਫ ਸਿਸਟਮ ਇਸਟੈਬਲਿਸ਼ ਕੀਤਾ ਅਤੇ ਉਹ ਤੋਂ ਬਾਅਦ ਉਹਨੇ ਜਿੰਨੀ ਜ਼ਮੀਨ ਸੀਗੀ ਉਹਨੂੰ ਪੂਰਾ ਅੱਛੀ ਤਰ੍ਹਾਂ ਰਕਬੇ ਬਣਾ ਕੇ, ਚੱਕ ਬਣਾ ਕੇ ਉਹਨੇ ਇਹ ਸਿੱਖ ਫੈਮਿਲੀਜ਼, ਖਾਸ ਕਰ ਜੱਟ ਫੈਮਿਲੀਜ਼ ਜਿਹੜੀਆਂ ਪੰਜਾਬ 'ਚ ਸੀਗੀਆਂ ਉਹਨੇ ਉਹਨਾਂ ਨੂੰ ਇੱਥੇ ਅਸਟੈਬਲਿਸ਼ ਕਰਨਾ ਸ਼ੁਰੂ ਕਰ ਦਿੱਤਾ ਜੀ। ਅਤੇ ਉਹਦੇ ਨਾਲ ਫਿਰ ਉਹ ਜਿੰਨੀਆਂ ਬਾਰਾਂ ਸੀ, ਸਾਂਦਲ ਬਾਰ, ਜੰਜੀ ਬਾਰ, ਹੋਰ ਜਿੰਨੀਆਂ ਵੀ ਹੈਗੀਆਂ ਨੇ, ਹਾਂ, ਅਤੇ ਉੱਧਰ ਇਹ ਸਾਰੇ ਪੰਜਾਬੀ ਟ੍ਰਾਂਸਫਰ ਹੋ ਕੇ ਚਲੇ ਗਏ। ਅੱਛਾ, ਉਹ ਫੈਮਿਲੀਆਂ ਜਾਣ ਦੇ ਨਾਲ ਮੇਰੀ ਆਪਣੀ ਫੈਮਿਲੀ ਵੀ, ਖਾਸ ਕਰ ਮੇਰੇ ਜਿਹੜੇ ਦਾਦਾ ਸੀਗੇ ਜਾਂ ਬਾਬਾ ਸੀਗੇ ਉਹਨਾਂ ਦਾ ਨਾਂ ਸੀ ਜੀਵਨ ਜੀਵਨ, ਹਾਂ, ਅਤੇ ਉਹ ਵੀ ਗਏ ਉੱਧਰ। ਅੱਛਾ, ਹੁਣ ਉਹ ਸਾਂਦਲਵਾਰ 'ਚ ਗਏ, ਖਾਸ ਕਰ ਲਾਇਲਪੁਰ ਡਿਸਟ੍ਰਿਕਟ ਦੇ ਵਿੱਚ।
ਅੱਛਾ ਉੱਥੇ ਇੱਦਾਂ ਸੀ ਕਿ ਸਾਡੀ ਫੈਮਿਲੀ ਤਾਂ ਐਕਚੁਅਲੀ ਪੂਅਰ ਫੈਮਿਲੀ ਕਹਿ ਸਕਦੇ ਹਾਂ ਤੁਸੀਂ, ਕਿ ਆ ਧਰਮ ਬਰਾਦਰੀ ਉਦੋਂ ਹੁੰਦੀ ਸੀਗੀ ਜੀ, ਅਤੇ ਉਹਨੂੰ ਉਹ ਬਿਲੋਂਗ ਕਰਦੇ ਸੀਗੇ। ਅੱਛਾ ਮੇਰੇ ਦਾਦਾ ਜਿਹੜੇ ਸੀਗੇ ਉਹ ਇਕੱਲੇ ਇਕੱਲੇ ਸੀਗੇ, ਹੋਰ ਉਹਨਾਂ ਦਾ ਭਾਈ ਭੈਣ ਨਹੀਂ ਸੀਗਾ। ਅਤੇ ਸਾਡਾ ਜਿਹੜਾ ਓਰਿਜਨਲ ਪਿੰਡ ਸੀਗਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਭਾਗੋਵਾਲ ਸੀ, ਤਾਂ ਉਹ ਭਾਗੋਵਾਲ ਆ ਕੇ ਨਾਨਕਿਆਂ ਦੇ ਵਿੱਚ ਸ਼ਾਇਦ ਵਸਿਓ ਸੀਗੇ ਜਿੱਥੇ ਤੱਕ ਸੁਣਿਆ ਸੀ। ਜੱਦੀ ਪਿੰਡ ਉਹਨਾਂ ਦਾ ਹੋਰ ਸੀ? ਹਾਂ ਜੱਦੀ ਪਿੰਡ ਪਤਾ ਨਹੀਂ ਕਿਹੜਾ ਸੀਗਾ, ਉਹ ਸਾਨੂੰ ਨਹੀਂ ਪਤਾ। ਅੱਛਾ। ਲੇਕਿਨ ਉੱਥੇ ਭਾਗੋਵਾਲ ਉਹ ਵਸਿਓ ਸੀਗੇ, ਉੱਥੇ ਉਹਨੇ ਘਰ ਬਣਾਇਆ ਸੀਗਾ। ਅਤੇ ਉਹ ਫਿਰ ਜਦੋਂ ਗਏ ਆ ਅਤੇ ਉਦੋਂ ਇੱਦਾਂ ਸੀ ਕਿ ਉੱਧਰ ਜਿਹੜੀ ਜੱਟ ਫੈਮਿਲੀ ਟ੍ਰਾਂਸਫਰ ਹੋਈਆਂ, ਖਾਸ ਕਰ ਬੁੱਢੀ ਪਿੰਡ ਨੰਗਲ ਤੋਂ ਜੀ, ਉਦੋਂ ਬਾਅਦ ਸੈਲਾ ਪੈਂਸਰਾ ਇੱਧਰ ਦੇ, ਉੱਥੋਂ ਡੰਡੇਵਾਲ, ਹੋਰ ਜਿੰਨੇ ਵੀ ਇਹ ਦੁਆਬੇ ਦੇ ਪਿੰਡ ਸੀਗੇ ਉਹ ਗਏ। ਬਾਕੀ ਮਾਲਵੇ ਦੇ ਪਿੰਡ ਸੀ, ਉਹਨਾਂ ਦੇ ਬਾਰੇ ਮੈਂ ਡਿਟੇਲ ਨਹੀਂ ਜਾਣਦਾ। ਲੇਕਿਨ ਉੱਧਰ ਜਿਹੜੇ ਸੈਵਲਿਸ਼ ਹੋਏ ਜਾ ਕੇ, ਡੰਡੇਵਾਲ ਸੀ, ਪੈਂਸਰਾ ਸੀਗਾ, ਹੋਰ ਸੀਗੇ, ਬੁੱਢੀ ਪਿੰਡ ਨੰਗਲ ਸੀਗਾ, ਠੀਕ ਹੈ। ਅਤੇ ਉਹ ਉੱਥੋਂ ਦੀ ਜੱਟ ਫੈਮਿਲੀਆਂ ਜਿਹੜੀਆਂ ਉੱਥੇ ਗਈਆਂ, ਉਹਨਾਂ ਦੇ ਨਾਲ ਨਾਲ ਕੰਮ ਦੇ ਵਾਸਤੇ ਉਹਨੇ ਫਿਰ ਇਹ ਗਰੀਬ ਜਿਹੜੇ ਲੋਕ ਸੀਗੇ ਇਹਨਾਂ ਨੂੰ ਨਾਲ ਲੈ ਲਿਆ ਜੀ। ਅਤੇ ਸਾਡਾ ਜਿਹੜਾ ਬਾਬਾ ਸੀਗਾ ਉਹ ਵੀ ਇਸੇ ਤਰ੍ਹਾਂ ਬੁੱਢੀ ਪਿੰਡ ਨੰਗਲ ਤੋਂ ਮਾਸਟਰ ਦਸੌਂਦਾ ਸਿੰਘ ਸੀਗੇ, ਉਹਨਾਂ ਦੀ ਫੈਮਿਲੀ ਸੀਗੀ। ਬੋਦਲਾ ਤੋਂ ਫੈਮਿਲੀ ਸੀਗੀ ਪ੍ਰੀਤਮ ਸਿੰਘ ਹੋਣਾਂ ਦੀ। ਅਤੇ ਉਹ ਤੋਂ ਬਾਅਦ ਫਿਰ ਨੰਗਲ ਤੋਂ ਫੈਮਿਲੀ ਸੀਗੀ ਸਾਧੂ ਸਿੰਘ ਹੋਣਾਂ ਦੀ। ਸਾਧੂ ਸਿੰਘ ਜਿਹੜਾ ਨੰਗਲ ਦਾ ਸੀਗਾ ਉਹਦੇ ਸਾਡੇ ਪਿੰਡ ਭਾਗੋਵਾਲ ਸਹੁਰੇ ਸੀਗੇ, ਮੇਹਰ ਸਿੰਘ ਦੀ ਭੈਣ ਉਹਨਾਂ ਨੂੰ ਵੀ ਆਈ ਸੀਗੀ। ਅੱਛਾ, ਇਸ ਤਰ੍ਹਾਂ ਹਾਂ ਰਾਬਤਾ ਹੋਇਆ। ਹਾਂਜੀ, ਇਸ ਤਰ੍ਹਾਂ ਫਿਰ ਉਹ ਜੋੜ ਕੇ ਮਾਸਟਰ ਦਸੌਂਦਾ ਸਿੰਘ ਦੀ ਫੈਮਿਲੀ ਦੇ ਨਾਲ ਸਾਡੇ ਬਾਬੇ ਦਾ ਮੁਲਾਕਾਤ ਹੋਈ। ਅਤੇ ਉਹ ਸਾਡਾ ਬਾਬਾ ਯੰਗ ਉਮਰ ਦੇ ਵਿੱਚ ਹੀ ਉਹਨਾਂ ਦੇ ਨਾਲ ਉੱਧਰ ਚਲਾ ਗਿਆ ਸੀਗਾ। ਉੱਧਰ ਜਾ ਕੇ ਬੁੱਢੀ ਪਿੰਡ ਨੰਗਲ ਉਹਨਾਂ ਦਾ ਵਸੇਵਾ ਹੋਇਆ। ਬੁੱਢੀ ਪਿੰਡ ਸਾਡਾ ਸੀ, ਨੰਗਲ ਨਾਲ ਦਾ ਸੀਗਾ, ਲੇਕਿਨ ਚੱਕ ਇਕੱਠਾ ਇੱਕ ਆਉਂਦਾ ਸੀ। 277 ਚੱਕ, 277 ਚੱਕ, 77 ਚੱਕ, ਹਾਂ 277, ਹਾਂ 277 ਜੀ। ਇਹ ਇਸ ਤਰ੍ਹਾਂ ਉਹ ਉੱਥੇ ਚਲਾ ਗਿਆ। ਅਤੇ ਉਹ ਤੋਂ ਬਾਅਦ ਫਿਰ ਉਹ ਕੰਮ ਕਰਦੇ ਸੀ ਆਪਣੇ ਕਮਾਈ ਲਾਭੇ ਕਰਨ। ਅੱਛਾ, ਉਹ ਤੋਂ ਬਾਅਦ ਫਿਰ ਉਹਨੇ ਜਦੋਂ ਉੱਥੇ ਉਹ ਸੈਬਲਿਸ਼ ਹੋ ਗਿਆ, ਫਿਰ ਹੁਣ ਆ ਕੇ ਇੱਥੋਂ ਦੁਆਬੇ 'ਚ ਆ ਕੇ ਆਪਣਾ ਵਿਆਹ ਕਰਵਾਇਆ। ਗੀਗਨਵਾਲ ਪਿੰਡ ਪੈਂਦਾ ਸੜਕੇ ਦੇ ਲਾਗੇ, ਇੱਥੇ ਹੁਸ਼ਿਆਰਪੁਰ 'ਚ ਜੀ। ਉੱਥੋਂ ਸਾਡੀ ਦਾਦੀ ਦਾ ਨਾਂ ਸੀ ਗੰਗੀ। ਅੱਛਾ ਜੀ। ਅਤੇ ਉਹਦੇ ਨਾਲ ਉਹਨੇ ਸ਼ਾਦੀ ਕਰੀ ਅਤੇ ਉਹ ਉੱਧਰ ਚਲੇ ਗਏ। ਉਹ ਫਿਰ ਉੱਥੇ ਜਾ ਕੇ ਸੈਬਲਿਸ਼ ਹੋ ਗਏ। ਅਤੇ ਉੱਥੇ ਜਿਹੜੀ ਔਲਾਦ ਹੋਈ, ਸਭ ਤੋਂ ਵੱਡਾ ਸੀਗਾ ਬਾਬੂ ਰਾਮ, ਉਹ ਸਾਡੇ ਪਿਤਾ ਜੀ ਨੇ। ਅਤੇ ਉਹ ਤੋਂ ਬਾਅਦ ਛੋਟਾ ਇੱਕ ਸਾਧੂ ਸੀਗਾ, ਉਹ ਰਿਹਾ ਨਹੀਂ, ਉਹ ਖਤਮ ਹੋ ਗਿਆ ਸੀਗੀ। ਅਤੇ ਉਹ ਤੋਂ ਛੋਟਾ ਜਿਹੜਾ ਸੀ ਉਹ ਲਛਮਣ ਸਿੰਘ ਜਾਂ ਲੱਛੂ ਕਹਿੰਦੇ ਸੀਗੇ, ਉਹ ਸੀਗਾ। ਅਤੇ ਦੋ ਭੈਣਾਂ ਸੀਗੀਆਂ ਉਹਨਾਂ ਦੀਆਂ, ਇੱਕ ਚਿੰਤੀ ਸੀਗੀ, ਇੱਕ ਮੰਗੋ ਸੀਗੀ ਜੀ। ਅਤੇ ਉਹ ਬੱਚੇ ਇਹ ਸਾਰੇ ਉੱਧਰ ਹੀ ਪੈਦਾ ਹੋਏ, ਸਾਡੇ ਮਾਤਾ ਪਿਤਾ ਵੀ ਉੱਧਰ ਹੀ ਪੈਦਾ ਹੋਏ, ਮਾਤਾ ਪਿਤਾ ਵੀ ਉੱਧਰ ਹੀ ਪੈਦਾ ਹੋਏ।
ਅਤੇ ਉਹਨੇ ਫਿਰ ਆ ਕੇ ਇਹਨਾਂ ਦੀਆਂ ਸ਼ਾਦੀਆਂ ਇੱਧਰ ਹੀ ਦੁਆਬੇ ਦੇ ਵਿੱਚ ਹੀ ਕੀਤੀਆਂ। ਮਤਲਬ ਜਦੋਂ ਵਿਆਹ ਕਰਦੇ ਸੀ ਹਾਂਜੀ ਦੇਸ਼ ਪਰਤ ਆਉਂਦੇ ਸੀ। ਹਾਂ ਉਦੋਂ ਉਹ ਵਿਆਹ ਦੇ ਵਾਸਤੇ ਕਿਉਂਕਿ ਸਾਡਾ ਘਰ ਇੱਥੇ ਸੀਗਾ ਭਾਗੋਵਾਲ ਦੇ ਵਿੱਚ ਅਤੇ ਉਹ ਇੱਥੇ ਆਉਂਦੇ ਸੀਗੇ ਅਤੇ ਸਾਡਾ ਜੋ ਵੀ ਸਮਾਨ ਹੁੰਦਾ ਸੀਗਾ ਸਾਡੇ ਫੈਮਿਲੀਆਂ ਪਿੰਡ ਦੇ ਵਿੱਚ ਜੱਟਾਂ ਦੀਆਂ ਸੀਗੀਆਂ, ਮੇਹਰ ਸਿੰਘ ਸੀ, ਨੰਬਰਦਾਰ ਹਰੀ ਸਿੰਘ ਸੀ, ਉਹਨਾਂ ਨਾਲ ਬਹੁਤ ਅੱਛੇ ਕਲੋਜ਼ ਰਿਲੇਸ਼ਨ ਸੀਗੇ ਅਤੇ ਇਹਨਾਂ ਦੇ ਘਰ ਹੀ ਸਾਡਾ ਸਮਾਨ ਉਹ ਛੱਡ ਜਾਂਦੇ ਹੁੰਦੇ ਸੀ ਅਤੇ ਮਕਾਨ ਜਿਹੜਾ ਸੀਗਾ ਉਹ ਦੇ ਜਾਂਦੇ ਹੁੰਦੇ ਸੀ ਗੁਆਂਢੀਆਂ ਨੂੰ, ਉਹ ਵਰਤਦੇ ਸੀਗੇ। ਸਾਡਾ ਕਾਫੀ ਖੁੱਲ੍ਹਾ ਵਿਹੜਾ ਹੁੰਦਾ ਸੀਗਾ ਅਤੇ ਲੋਕ ਉੱਥੇ ਆਪਣਾ ਉਹ ਵਰਤਦੇ ਸੀਗੇ ਅਤੇ ਇਸ ਤਰ੍ਹਾਂ ਸੀਗਾ। ਅੱਛਾ, ਫਿਰ ਇੱਧਰ ਜਦੋਂ ਉਹਨਾਂ ਦੇ ਇਹ ਬੱਚੇ ਪੈਦਾ ਹੋਏ ਤਾਂ ਉਹਨੇ ਸ਼ਾਦੀਆਂ, ਮੇਰੇ ਪਿਤਾ ਜੀ ਦੀ ਸ਼ਾਦੀ ਹੋਈ ਟੱਟਾਂ ਪਿੰਡ ਹੈ ਉੱਥੇ, ਉਹ ਲੈ ਗਏ ਉੱਥੇ। ਅੱਛਾ, ਉਹ ਤੋਂ ਬਾਅਦ ਜਿਹੜੀਆਂ ਮੇਰੀਆਂ ਭੂਆਂ ਸੀ, ਇੱਕ ਚਿੰਤੀ ਸੀਗੀ, ਉਹ ਨੰਦਾ ਚੌਰ ਵਿਆਹ ਹੀ ਗਈ ਅਤੇ ਜਿਹੜੀ ਮੰਗੋ ਸੀ ਉਹ ਮਾਛੀਆਂ ਤੋਂ ਸੀਗੀ ਅਤੇ ਜਿਹੜਾ ਸਾਡਾ ਫੁੱਫੜ ਸੀਗਾ ਉਹ ਮੁਕੇਰੀਆਂ ਰਹਿੰਦਾ ਸੀਗਾ, ਉਹ ਵੀ ਵਿਆਹ ਹੀ ਗਈ ਇੱਧਰ ਹੀ, ਉਹ ਇੱਧਰ ਹੀ ਰਹਿੰਦੇ ਸੀਗੇ ਜੀ ਜੀ। ਅਤੇ ਉਹ ਉੱਧਰ ਵਿਆਹਣ ਤੋਂ ਬਾਅਦ ਉਹ ਚਲੇ ਗਏ ਅਤੇ ਸਾਧੂ ਦੀ ਤਾਂ ਚਾਚਾ ਜਿਹੜਾ ਸੀਗਾ ਉਹ ਉੱਧਰ ਹੀ ਪੂਰਾ ਹੋ ਗਿਆ ਸੀਗਾ ਅਤੇ ਜਾਂ ਲੱਛੂ ਸੀਗਾ ਉਹ ਅਜੇ ਵਿਆਹਿਆ ਨਹੀਂ ਸੀਗਾ, ਉਹ ਨਾਲ ਇਕੱਠੀ ਫੈਮਿਲੀ ਦੇ ਵਿੱਚ ਰਹਿੰਦੇ ਸੀਗੇ ਅਤੇ ਇੱਦਾਂ ਕਰਕੇ ਸਾਡੀ ਫੈਮਿਲੀ ਉੱਧਰ ਅਸਟੈਬਲਿਸ਼ ਹੋਈ। ਔਰ ਫਿਰ ਹਾਲਾਤ ਇੱਦਾਂ ਹੋਏ ਕਿ ਜਿਹੜੀਆਂ ਸਾਡੇ ਭੂਆਂ ਸੀਗੀਆਂ ਮੇਰੀਆਂ ਦੋ, ਉਹਨਾਂ ਦੇ ਜਿਹੜੇ ਘਰ ਵਾਲੇ ਹੈ ਉਹਨਾਂ 'ਤੇ ਇੱਧਰ ਕਾਫੀ ਕਰਜ਼ਾ ਚੜ ਗਿਆ ਸੀਗਾ, ਉਹ ਫਿਰ ਕਰਜ਼ੇ ਦੀ ਖਾਤਰ ਸਾਡੇ ਕੋਲ ਆ ਕੇ ਇਕੱਲੇ ਇਕੱਲੇ ਉਹ ਰਹਿੰਦੇ ਰਹੇ, ਸਾਲ ਦੋ ਸਾਲ ਰਹਿਣਾ, ਕਮਾਈ ਕੁਛ ਕਰਨੀ, ਅਸੀਂ ਹੱਥ ਉਹਨਾਂ ਦਾ ਵਟਾਉਣਾ ਸਾਡੇ ਪਿਤਾ ਜੀ ਨੇ, ਸਾਡੀ ਮਾਤਾ ਜੀ ਨੇ, ਅਤੇ ਉਹਨਾਂ ਦਾ ਕਰਜ਼ਾ ਕੁਰਜ਼ਾ ਲਾਉਣਾ। ਜੇ ਕਰਜ਼ਾ ਲੈ ਗਿਆ ਫਿਰ ਉਹ ਆ ਕੇ ਇੱਥੇ, ਜਿਹੜੀ ਛੋਟੀ ਚਿੰਤੀ ਸੀਗੀ ਉਹ ਨੰਦਾ ਚੌਰ ਤੋਂ ਸੀ, ਉਹ ਆ ਕੇ ਝੋਮੋਂ ਸੈਟਲ ਹੋ ਗਏ। ਅੱਛਾ ਜੀ। ਅਤੇ ਉਹ ਝੋਮਾ ਉਹਨਾਂ ਦੇ ਇੱਕ ਲੜਕੀ ਸੀਗੀ, ਉਹਦਾ ਨਾਮ ਮਿੰਦੂ ਸੀਗਾ, ਉਹ ਉੱਥੇ ਰਹਿੰਦੇ ਰਹੇ। ਅਤੇ ਮਾਛੀਆਂ ਵਾਲਾ ਜਿਹੜਾ ਸੀਗਾ ਉਹ ਵੀ ਆਇਆ ਸੀ, ਇੱਦਾਂ ਸੀ ਉਹਦਾ ਵੀ ਕਾਫੀ, ਸਾਡੇ ਪਿਤਾ ਜੀ ਨੇ ਮਾਤਾ ਜੀ ਨੇ ਬਹੁਤ ਉਹਨਾਂ ਦੀ ਵੀ ਹੈਲਪ ਕੀਤੀ, ਉਹਨਾਂ ਦਾ ਵੀ ਕਰਜ਼ਾ ਉਤਾਰਿਆ। ਅਤੇ ਉਹ ਫਿਰ ਆ ਕੇ ਮੁਕੇਰੀਆਂ ਉਹ ਸੈਟਲ ਹੋ ਗਏ ਸੀਗੇ, ਉਹ ਉੱਥੇ ਵੱਸ ਗਏ ਸੀਗੇ ਹਾਂਜੀ। ਅਤੇ ਲੱਛੂ ਸਾਡੇ ਕੋਲ ਸੀ ਅਤੇ ਸਾਡੀ ਫੈਮਿਲੀ ਸੀਗੀ, ਅਤੇ ਸਾਡੀ ਫੈਮਿਲੀ ਦੇ ਵਿੱਚ ਸਾਡੇ ਮਾਤਾ ਪਿਤਾ ਦੀ ਔਲਾਦ ਜਿਹੜੀ ਸੀਗੀ, ਮੇਰੇ ਤੋਂ ਵੱਡੇ ਦੋ ਭਰਾ ਸੀਗੇ ਅਤੇ ਦੋ ਭੈਣਾਂ ਸੀਗੀਆਂ, ਉਹ ਵੀ ਇਨਫੈਂਸੀ ਦੇ ਵਿੱਚ ਪੂਰੀਆਂ ਹੋ ਗਈਆਂ ਸੀਗੀਆਂ ਅਤੇ ਫਿਰ ਮੇਰਾ ਜਨਮ ਹੋਇਆ ਸੀਗਾ। ਅੱਛਾ, ਫਿਰ ਉਹ ਤੋਂ ਮੈਂ ਸਰਵਾਈਵ ਕਰ ਗਿਆ। ਬਾਬਾ ਉਦੋਂ ਜਿਹੜਾ ਸਾਡਾ ਉਹ ਜ਼ਿਆਦਾ ਕੁਛ ਚੱਲਦਾ ਫਿਰਦਾ ਨਹੀਂ ਹੁੰਦਾ ਸੀ, ਕੁਛ ਉਹਨੂੰ ਬਿਮਾਰੀ ਦਮੇਂ ਦੀ ਸੀ ਜਾਂ ਕੁਛ ਸੀਗੀ, ਅਤੇ ਮੈਂ ਉਹ ਦੇਖਿਆ ਆ। ਅੱਛਾ, ਉਹ ਪੂਰਾ ਹੋਇਆ, ਉਹ ਵੀ ਮੈਂ ਦੇਖਿਆ ਮੇਰੀਆਂ ਅੱਖਾਂ ਦੇ ਸਾਹਮਣੇ। ਮੈਂ ਛੋਟਾ ਹੀ ਸੀਗਾ, ਉਹਦੇ ਮੰਜੇ ਦੁਆਲੇ ਘੁੰਮਦਾ ਹੁੰਦਾ ਸੀਗਾ। ਅੱਛਾ, ਇਹ ਤਾਂ ਉੱਧਰ ਹੋਇਆ। ਅੱਛਾ, ਉਹ ਤੋਂ ਬਾਅਦ ਫਿਰ ਇੱਕ ਮੇਰੇ ਤੋਂ ਛੋਟੀ ਇੱਕ ਹੋਰ ਭੈਣ ਸੀ, ਉਹਦਾ ਨਾਂ ਸੀ ਨਛੱਤਰ, ਉਹ ਸਾਡੇ ਨਾਲ ਹੀ ਸੀ ਪਾਰਟੀਸ਼ਨ ਦੇ ਵੇਲੇ ਵੀ। ਅਤੇ ਉਹ ਹਾਲਾਤ ਉਹਨਾਂ ਦਿਨਾਂ 'ਚ ਇੱਦਾਂ ਹੋਏ ਕਿ
ਕਿ ਜਿਹੜਾ ਸਾਡਾ ਫੁੱਫੜ ਸੀਗਾ, ਚੋਮੋ ਰਹਿੰਦੇ ਸੀਗੇ ਚਿੰਤੀ ਦੇ ਘਰ ਵਾਲਾ, ਉਹ ਪੂਰਾ ਹੋ ਗਿਆ 47 ਦੇ ਵਿੱਚ, 47 ਤੋਂ ਪਹਿਲੇ 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 ਹੋ ਗਿਆ। ਉਹ ਪੂਰਾ ਹੋ ਗਿਆ ਤਾਂ ਫਿਰ ਮੇਰੇ ਪਿਤਾ ਜੀ ਆਏ ਆਪਣੀ ਭੈਣ ਚਿੰਤੀ ਨੂੰ ਅਤੇ ਉਹ ਕੁੜੀ ਮਿੰਦੋ ਸੀਗੀ, ਉਹ ਉਹਨਾਂ ਨੂੰ ਉੱਧਰ ਹੀ ਲੈ ਗਏ। ਅੱਛਾ। ਉਹ ਫਿਰ ਸਾਡੇ ਨਾਲ ਹੀ ਰਹਿੰਦੇ ਰਹੇ ਟਿਲ ਪਾਰਟੀਸ਼ਨ ਜੀ। ਹਾਂਜੀ, ਉਹ ਸਾਡੇ ਨਾਲ ਰਹੇ, ਉਹਨਾਂ ਨੂੰ ਦੇਖਭਾਲ ਸਾਰੇ ਕੀਤੀ। ਅਤੇ ਇੰਸੀਡੈਂਟਲੀ ਜਿਹੜੀ ਮਿੰਦੋ ਸੀਗੀ ਅਤੇ ਮੈਂ ਸੀ, ਸਾਡਾ ਜਨਮ ਇੱਕੋ ਹੀ ਦਿਨ ਦਾ ਹੈ, ਉਹ ਵੀ ਉੱਥੇ ਦਾ ਹੀ, ਪਾਕਿਸਤਾਨ ਦਾ ਹੀ, ਸਾਡੇ ਘਰ ਦਾ ਹੀ ਆ। ਹਾਂਜੀ, ਅਤੇ ਇੱਦਾਂ ਕਰਕੇ ਉਹ ਫਿਰ ਉੱਥੇ ਰਹੇ, ਉਹ ਸਾਡੇ ਕੋਲ ਹੀ, ਅਸੀਂ ਫਿਰ ਦੇਖਭਾਲ ਸਾਡੇ ਪਿਤਾ ਜੀ ਨੇ ਆਪਣੀ ਉਹ ਭੈਣ ਦੀ ਅਤੇ ਜਿਹੜੀ ਭਾਣਜੀ ਸੀਗੀ ਉਹਨਾਂ ਦੀ ਉਹਨੇ ਹੀ ਕੀਤੀ। ਤੁਹਾਡਾ ਪਰਿਵਾਰ ਉੱਥੇ ਕੀ ਕੰਮ ਕਰਦਾ ਸੀਗਾ? ਉਹ ਸਾਡਾ ਪਰਿਵਾਰ ਦਾ ਕੰਮ ਸੀਗਾ ਇੱਦਾਂ ਸੀਗੀ, ਖੇਤੀਬਾੜੀ ਐਗਰੀਕਲਚਰ ਜਿਹੜੀ ਸੀਗੀ ਉਹਦੇ ਵਿੱਚ ਤਾਂ ਉਹ ਹਿੱਸਾ ਵਟਾਉਂਦੇ ਸੀਗੇ। ਉੱਥੋਂ ਜਿਹੜੀ ਕਮਾਈ ਹੁੰਦੀ ਸੀ, ਸਾਡੇ ਕੋਲ ਕਾਫੀ ਕਣਕ ਆ ਜਾਂਦੀ ਸੀਗੀ, ਕਪਾਹ ਉਦਣ ਬਹੁਤ ਹੁੰਦੀ ਸੀਗੀ, ਉਹ ਵੀ ਚੁੱਕ ਚੁੱਕ ਕੇ ਸਾਡਾ ਇੱਕ ਕਮਰਾ ਕਪਾਹ ਦਾ ਹੀ ਭਰਿਆ ਹੁੰਦਾ ਸੀਗਾ ਜੀ। ਅਤੇ ਕਣਕ ਔਰ ਛੋਲੇ ਸਾਡੇ ਘਰ 15-20 ਬੋਰੀਆਂ ਜਿਹੜੀਆਂ ਸੀਗੀਆਂ ਉਹ ਹਮੇਸ਼ਾ ਆ ਜਾਂਦੀਆਂ ਸੀ ਹਰ ਸੀਜ਼ਨ ਦੇ ਵਿੱਚ। ਸਾਡੇ ਪਿਤਾ ਜੀ ਬਹੁਤ ਮਿਹਨਤੀ ਸੀਗੇ, ਉਹ ਕਾਫੀ ਮਿਹਨਤ ਕਰਦੇ ਸੀਗੇ। ਹੈਂਜੀ, ਅਤੇ ਇਹ ਉਹਨਾਂ ਦਾ ਸੀਗਾ। ਉਹ ਤੋਂ ਬਾਅਦ ਜਿਹੜਾ ਕੰਮ ਸੀਗਾ, ਸਾਡੇ ਪਿਤਾ ਜੀ ਖੱਡੀ ਦਾ ਕੰਮ ਕਰਦੇ ਸੀਗੇ ਜੀ, ਲੇਕਿਨ ਨਿਗਾਹ ਉਹਨਾਂ ਦੀ ਇੰਨੀ ਨਹੀਂ ਸੀਗੀ, ਦਿੱਕਤ ਹੋ ਗਈ ਸੀਗੀ ਯੰਗ ਏਜ ਦੇ ਵਿੱਚ, ਅੱਖ ਦੇ ਵਿੱਚ ਕੁਛ ਲੱਗ ਗਿਆ ਸੀਗਾ। ਅਤੇ ਸਾਡੀ ਮਾਤਾ ਜੀ ਨੇ ਬੜੀ ਉਹਨਾਂ ਦੀ ਹੈਲਪ ਕਰਦੀ ਰਹੀ। ਸਾਡੀ ਮਾਤਾ ਜੀ ਖੁਦ ਵੀ ਖੱਡੀ ਚਲਾਉਂਦੇ ਸੀਗੇ ਅਤੇ ਸਾਡੇ ਪਿਤਾ ਜੀ ਵੀ, ਅਤੇ ਉਹ ਖੱਡੀ ਦਾ ਕੰਮ ਕਰਦੇ ਸੀ, ਉਹਦੇ ਵਿੱਚੋਂ ਵੀ ਉਹ ਜਿਹੜੀ ਕਮਾਈ ਆਉਂਦੀ ਸੀ ਆਪਣਾ ਬਚਾਉਂਦੇ ਸੀ, ਜਿੱਦਾਂ ਕਿੱਦਾਂ ਵੀ ਸੀਗਾ। ਹੈਂਜੀ, ਇਹ ਸੀਗਾ। ਅੱਛਾ, ਉਹ ਤੋਂ ਬਾਅਦ ਇਹ ਤਾਂ ਕੰਮ ਸੀਗਾ, ਤਾਂ ਸਾਡੇ ਮਾਤਾ ਜੀ ਖੁਦ ਵੀ ਸਾਰਾ ਉਹ ਤਾਣੀਆਂ ਬੁਣਨੀਆਂ, ਤਾਣਾ ਤੜਨਾ ਤਿਆਰ ਕਰਕੇ ਖੱਡੀ ਦਾ ਸਾਡੇ ਪਿਤਾ ਜੀ ਨੂੰ ਖੁਦ ਦਿੰਦੀ ਹੁੰਦੀ ਸੀਗੀ ਜੀ। ਹਾਂਜੀ, ਈਸ਼ਰੀ ਸੀ ਸਾਡੀ ਮਾਤਾ ਜੀ ਦਾ ਨਾਮ। ਠੀਕ। ਅੱਛਾ, ਅਤੇ ਉਹ ਫਿਰ ਹੋਈ ਇੱਦਾਂ ਕਿ ਥੋੜ੍ਹਾ ਜਿਹਾ ਪਿੰਡ ਬਾਰੇ, ਹਾਂ ਹਾਂ, ਪਿੰਡ ਦੀ ਵਸੇਬ ਬਾਰੇ, ਕਿਹੜੀ ਕਿਹੜੀ ਬਰਾਦਰੀਆਂ, ਕਿਹੜੇ ਕਿਹੜੇ ਪਿੰਡ ਦੇ ਵਿੱਚ, ਬੁੱਢੀ ਪਿੰਡ ਦੇ ਵਿੱਚ ਅਸੀਂ ਸੈਟਲ ਸੀਗੇ ਜੀ। ਬੁੱਢੀ ਪਿੰਡ ਦੇ ਵਿੱਚ ਸਾਰੇ ਇੱਧਰੋਂ ਹੀ ਗਏ ਸੀ, ਜੱਟ ਬੇਸਿਕਲੀ ਸੀਗੇ। ਜਵਾਲਾ ਸਿੰਘ ਨੰਬਰਦਾਰ ਹੁੰਦਾ ਸੀਗਾ, ਮਾਸਟਰ ਦਸੌਂਦਾ ਸਿੰਘ ਦੀ ਐਜੂਕੇਟਡ ਫੈਮਿਲੀ ਸੀਗੀ। ਅੱਛਾ। ਇਹ ਬੜੇ ਅੱਛੇ ਸੀਗੇ ਮਾਸਟਰ, ਖੁਦ ਉਹ ਟੀਚਰ ਸੀਗੇ ਮੇਰਾ ਖਿਆਲ। ਅਤੇ ਉਹ ਤੋਂ ਬਾਅਦ ਹੋਰ ਜਿੰਨਾ ਜੱਟਾਂ ਫੈਮਿਲੀਆਂ ਸੀ, ਹੋਰ ਕੋਈ ਮੁਸਲਮਾਨਾਂ ਦੀ ਕੋਈ ਫੈਮਿਲੀ ਨਹੀਂ ਸੀਗੀ। ਅਤੇ ਬਾਕੀ ਫਿਰ ਜਿੰਨੇ ਵੀ ਕੰਮੀ ਇੱਧਰੋਂ ਹੀ ਇਹ ਇਸ ਏਰੀਏ 'ਚੋਂ ਗਏ ਸੀਗੇ, ਜਿਹੜੇ ਆ ਧਰਮੀ ਬਰਾਦਰੀ ਦੇ ਵੀ ਬੰਦੇ ਸੀਗੇ। ਕਿਹੜੇ ਕਿਹੜੇ ਪਿੰਡ? ਉਹ ਇਹਨਾਂ ਪਿੰਡਾਂ ਦੇ ਵਿੱਚ ਇੱਧਰੋਂ ਸੈਲੇ ਪੈਂਸਰੇ ਵੱਲੋਂ ਵੀ ਸੀਗੇ ਜੀ, ਇੱਥੋਂ ਕੋ ਡਗਾਮ ਹੈ ਉੱਧਰੋਂ ਸੀਗੇ, ਉਹ ਤੋਂ ਬਾਅਦ ਫਿਰ ਗੜ ਸ਼ੰਕਰ ਹੈ ਉੱਥੋਂ ਦੇ ਲਾਗੇ, ਇਹਨਾਂ ਪਿੰਡਾਂ ਦੇ ਸੀਗੇ ਮੋਸਟਲੀ ਉਹ ਜੀ। ਸਾਡੇ ਉਹਨਾਂ ਗੁਆਂਢੀ ਸੀਗੇ ਆਲੇ ਦੁਆਲੇ ਸਾਡੇ, ਕਾਫੀ ਆਪਸ ਦੇ ਵਿੱਚ ਕਲੋਜ਼ ਰਿਲੇਸ਼ਨ ਹੁੰਦੇ ਸੀਗੇ। ਅੱਛਾ, ਸਾਡੇ ਫੈਮਿਲੀ ਮੁਸਲਿਮ ਫੈਮਿਲੀ ਦੇ ਵਿੱਚ ਸਿਰਫ ਇੱਕ ਧੋਬਿਆਂ ਦਾ ਘਰ ਹੁੰਦਾ ਸੀਗਾ, ਉਹ ਘਰ ਸਾਡੇ ਬਿਲਕੁਲ ਸਾਹਮਣੇ ਸੀਗਾ ਜੀ। ਅਤੇ ਚਾਨਣ ਧੋਬਾ ਕਹਿੰਦੇ ਹੁੰਦੇ ਸੀਗੇ,
ਉਹਦਾ ਭਰਾ ਸੀ ਛੋਟਾ ਸ਼ਾਇਦ ਰਲਾ ਜੀ, ਉਹ ਉੱਚਾ ਲੰਮਾ ਸੀਗਾ, ਚਾਨਣ ਜ਼ਿਆਦਾ ਲੰਮਾ ਨਹੀਂ ਸੀ। ਚਾਨਣ ਦੇ ਘਰ ਵਾਲੀ ਸੀਗੀ ਜੈਨਵੇ ਜੀ। ਅੱਛਾ, ਜੈਨਵੇ ਕੱਪੜੇ ਸੀਣ ਦਾ ਵੀ ਕੰਮ ਕਰਦੀ ਸੀ। ਉਹਨਾਂ ਦਾ ਮੁੰਡਾ ਇੱਕ ਸ਼ਰੀਫ ਮੈਂ ਜਾਣਦਾ, ਸ਼ਾਇਦ ਇੱਕ ਹੋਰ ਵੀ ਸੀਗਾ, ਮੈਂ ਉਹ ਨਹੀਂ ਜਾਣਦਾ, ਉਹ ਸ਼ਰੀਫ ਵੀ ਮੇਰਾ ਕੱਪੜੇ ਸੀਣ ਦਾ ਕੰਮ ਕਰਦਾ ਸੀਗਾ। ਅੱਛਾ, ਅਤੇ ਉਹਨਾਂ ਦਾ ਸਾਡੇ ਨਾਲ ਬਹੁਤ ਕਲੋਜ਼ ਸਾਡੇ ਘਰ ਨਾਲ ਸੀਗਾ। ਜਦੋਂ ਕੋਈ ਆਪਣੇ ਉਹਨਾਂ ਦੀ ਈਦ ਆਉਂਦੀ ਸੀ ਤਾਂ ਉਹ ਸਾਡੇ ਘਰ ਗਿਫਟ ਖਾਣ ਪੀਣ ਦਾ ਸਮਾਨ ਭੇਜਦੇ ਸੀਗੇ। ਲੋਹੜੀ ਦੀਵਾਲੀ ਹੁੰਦੀ ਸੀਗੀ ਅਤੇ ਅਸੀਂ ਉਹਨਾਂ ਦੇ ਭੇਜੀਦਾ ਸੀਗਾ। ਅਤੇ ਜਿਹੜੀ ਜੈਨਵੇ ਸੀਗੀ, ਮੇਰੇ ਕੱਪੜੇ ਉਹ ਸੀ ਕੇ ਦਿੰਦੀ ਹੁੰਦੀ ਸੀ ਖਾਸ ਕਰਕੇ, ਹੈਂਜੀ। ਅਤੇ ਮੈਨੂੰ ਉਹ ਜੈਨਵੇ ਬਿਲਕੁਲ ਯਾਦ ਹੈ, ਚਾਨਣ ਤੋਬਾ ਵੀ ਯਾਦ ਹੈ। ਅਤੇ ਉਹਨਾਂ ਦੀ ਫੈਮਿਲੀ ਦੇ ਵਿੱਚ ਸ਼ਰੀਫ ਤੋਂ ਬਾਅਦ ਦੇ ਵਿੱਚ ਆਇਆ ਵੀ ਸੀਗਾ, ਉੱਥੇ ਬੁੱਢੀ ਪਿੰਡ ਮੇਰੇ ਖਿਆਲ ਹੋ ਕੇ ਉਹ ਚਲਾ ਗਿਆ ਸੀਗਾ ਪਾਰਟੀਸ਼ਨ ਤੋਂ ਬਾਅਦ, ਅਤੇ ਸਾਡਾ ਖੈਰ ਮੇਲ ਹੋਇਆ ਨਹੀਂ। ਅਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਅਗਰ ਕੋਈ ਜ਼ਿੰਦਾ ਹੈ ਜਾਂ ਉੱਥੇ ਹੀ ਸੈਟਲ ਹੈ ਤਾਂ ਉਹ ਜ਼ਰੂਰ, ਉਹਦੇ ਨਾਲ ਮੇਰਾ ਕੋਈ ਰਾਬਤਾ ਹੋ ਜਾਏ, ਕੋਈ ਗੱਲਬਾਤ ਕਹਿ ਸਕੀਏ ਕਿਸੇ ਨੂੰ, ਹਾਂਜੀ। ਮੇਰਾ ਖਿਆਲ ਜੈਨਵੇ ਜਾਂ ਚਾਨਣ ਤੋਂ ਬਾਅਦ ਉਹ ਤਾਂ ਨਹੀਂ ਹੋਣਗੇ, ਉਹਨਾਂ ਦੇ ਬੱਚੇ ਹੈ, ਉਹਨਾਂ ਦੀ ਔਲਾਦ ਹੋ ਸਕਦੀ ਹੈ, ਪੋਤੇ ਪੋਤਰੀਆਂ ਹੋ ਸਕਦੇ ਆ, ਉਹ ਹੋਣ ਤਾਂ ਜ਼ਰੂਰ ਅਸੀਂ ਉਹਨਾਂ ਨੂੰ ਯਾਦ ਕਰਾਂਗੇ, ਉਹਨਾਂ ਨਾਲ ਗੱਲਬਾਤ ਕਰਨਾ ਚੰਗਾ ਸਮਝਾਂਗੇ, ਠੀਕ ਹੈ ਜੀ। ਅਤੇ ਇਹ ਤਾਂ ਗੱਲ ਹੈ ਉਹਨਾਂ ਦੇ ਬਾਰੇ। ਬਾਕੀ ਇੱਕ ਘਰ ਹੋਰ ਜਿਹੜਾ ਮੁਸਲਿਮ ਸੀਗਾ ਉਹ ਸੀਗੇ ਮਰਾਸੀ, ਮਰਾਸੀ ਸੀਗੇ, ਉਹਦਾ ਨਾਂ ਸੀ ਘੁੱਗ ਜੀ, ਉਹ ਸੀਗਾ ਵੀ ਘੁੱਗ ਅਤੇ ਸੀ ਵੀ ਘੁੱਗੀ। ਅਤੇ ਉਹਦਾ ਇੱਕ ਭਰਾ ਹੁੰਦਾ ਸੀ ਸ਼ਾਇਦ ਮੇਰੂ, ਅਗਰ ਮੈਂ ਕਰੈਕਟ ਰਿਮੈਂਬਰ ਕਰਾਂ, ਅਤੇ ਇਹ ਉਹਨਾਂ ਦੇ ਇਹ ਦੋ ਹੀ ਮੁਸਲਮਾਨਾਂ ਦੇ ਘਰ ਹੁੰਦੇ ਸੀਗੇ, ਹੈਂਜੀ। ਅੱਛਾ, ਬਾਕੀ ਹੋਰ ਸਾਰੇ ਦੂਸਰੀ ਆਹ ਧਰਮ ਬਰਾਦਰੀ ਦਾ ਹੀ ਮੁਹੱਲਾ ਸੀਗਾ, ਸਾਰੇ ਇੱਧਰੋਂ ਦੁਆਬੇ ਦੇ ਹੀ ਬੰਦੇ ਗਏ ਉਹ ਸੀਗੇ, ਅਤੇ ਇਹ ਉੱਥੇ ਦਾ ਸੀਗਾ ਮਜੱਟਾਂ ਦਾ। ਅੱਛਾ, ਫਿਰ ਉਹ ਹੱਟੀਆਂ ਦੋ ਸੁਨਿਆਰਾ ਦੀ ਇੱਕ ਉਹ ਹੱਟੀ ਹੁੰਦੀ ਸੀ, ਉਹ ਪਕੌੜੇ ਕੱਢਦਾ ਹੁੰਦਾ ਸੀਗਾ, ਨਾਂ ਭੁੱਲ ਗਿਆ ਮੈਨੂੰ। ਅੱਛਾ, ਇੱਕ ਗਣੇਸ਼ੀ ਹੁੰਦਾ ਸੀਗਾ, ਉਹਦੀ ਉਹ ਬਣੀਆਂ ਸੀਗਾ, ਉਹਦੀ ਦੁਕਾਨ ਸੀਗੀ। ਅਤੇ ਇਹ ਦੁਕਾਨਾਂ ਜਿਹੜੀਆਂ ਮੇਨ ਗਣੇਸ਼ੀ ਦੀ ਸੀਗੀ, ਉਹ ਤੋਂ ਸੌਦਾ ਪੱਤਾ ਲਿਖਦੇ ਸੀ, ਲੇਕਿਨ ਸੌਦੇ ਪੱਤੇ ਵਾਸਤੇ ਵੀ ਗੋਜਰਾ ਲਾਗੇ ਪੈਂਦਾ ਸੀਗਾ ਟਾਊਨ, ਉੱਥੇ ਹਰ ਮਹੀਨੇ ਜਾਂ ਦੋ ਮਹੀਨਿਆਂ 'ਚ ਜਾਂਦੇ ਹੁੰਦੇ ਸੀ, ਗੱਡੇ ਚੱਲ ਜਾਣੇ ਅਤੇ ਉੱਥੋਂ ਸਮਾਨ ਖਰੀਦ ਕੇ ਲੈ ਆਉਂਦੇ ਹੁੰਦੇ ਸੀ। ਨੋਰਮਲੀ ਕੋਈ ਦਿੱਕਤ ਨਹੀਂ ਆਉਂਦੀ ਹੁੰਦੀ, ਬੜੇ ਖੁਸ਼ੀ ਨਾਲ ਰਹਿੰਦੇ ਸੀ। ਖਰੀਦਦੇ ਕੀ ਸੀ, ਲੋਨ ਚਾਹੀਦਾ ਹੁੰਦਾ ਸੀ, ਕੋਈ ਚੀਨੀ ਪੱਤੀ ਲੈ ਆਉਂਦੀ, ਬਾਕੀ ਦਾ ਘਰ ਸਭ ਕੁਝ, ਜਾਂ ਮਿੱਟੀ ਦਾ ਤੇਲ, ਅਤੇ ਇਹੀ ਚੀਜ਼ਾਂ ਸੀਗੀਆਂ। ਬਾਕੀ ਹੋਰ ਘਰ ਦੀਆਂ ਚੀਜ਼ਾਂ, ਸਬਜ਼ੀਆਂ ਕੀ ਤਾਂ ਖਾਣ ਪੀਣ ਦਾ, ਕਣਕ ਕੀ, ਛੋਲੇ ਕੀ, ਉਹ ਸਭ ਕੁਝ ਉਹ ਤਾਂ ਘਰੇ ਹੀ ਹੁੰਦੇ ਸੀਗੇ, ਜਾਂ ਕੋਈ ਦਾਲ ਦੂਲ ਲੈਣੀ ਹੋਵੇ ਤਾਂ ਉਹ ਲੈ ਲਈ, ਅਤੇ ਇੱਦਾਂ ਦਾ ਖਰੀਦਦੇ ਹੁੰਦੇ ਸੀ ਉੱਥੋਂ। ਤੁਸੀਂ ਵੀ ਜਾਂਦੇ ਨਹੀਂ ਗੋਜਰੇ? ਨਹੀਂ, ਮੈਂ ਨਹੀਂ ਗਿਆ, ਮੈਂ ਨਹੀਂ ਗਿਆ, ਸਾਡੇ ਪਿਤਾ ਜੀ ਜਾਂਦੇ ਹੁੰਦੇ ਸੀਗੇ, ਉਹੀ ਜਾ ਕੇ ਲਿਆਉਂਦੇ ਸੀ, ਮੈਂ ਗੋਜਰਾ ਦੇਖਿਆ ਵੀ ਨਹੀਂ। ਸਟੇਸ਼ਨ ਪੈਂਦਾ ਸੀਗਾ ਅੰਨਾ ਪੱਕਾ, ਅੰਨਾ ਪੱਕਾ ਸਟੇਸ਼ਨ, ਅੰਨਾ ਪੱਕਾ ਸਟੇਸ਼ਨ ਪੈਂਦਾ ਸੀਗਾ। ਉੱਥੋਂ ਜਦੋਂ ਅਸੀਂ ਆਉਂਦੇ ਹੁੰਦੇ ਸੀਗੇ ਇੱਧਰ ਨੂੰ ਇੰਡੀਆ ਵੱਲ ਨੂੰ, ਅਤੇ ਉਹ ਅੰਨੇ ਪੱਕੇ ਤੋਂ ਅਸੀਂ ਗੱਡੀ ਚੜ੍ਹ ਕੇ ਆਉਂਦੇ ਹੁੰਦੇ ਸੀਗੇ ਇੱਧਰ, ਫਿਰ ਲਾਹੌਰ ਦੇ ਥਰੂ ਅੰਮ੍ਰਿਤਸਰ ਆ ਜਾਣਾ, ਉੱਥੋਂ ਫਿਰ ਇੱਧਰ ਨੂੰ ਆਉਂਦੇ ਹੁੰਦੇ ਸੀਗੇ ਟਾਂਡੇ ਵੱਲ, ਹੈਂਜੀ।
ਇਹ ਸੀਗਾ ਉੱਥੋਂ ਦਾ। ਨੇੜੇ ਨੇੜੇ ਦੇ ਪਿੰਡ ਯਾਦ ਨੇ? ਨੇੜੇ ਨੇੜੇ ਦੇ ਪਿੰਡ ਇੱਕ ਤਾਂ ਧਰਮਕੋਟ ਸੀਗਾ ਜੀ। ਅੱਛਾ, ਉਹ ਤੋਂ ਬਾਅਦ ਮੁਸਲਮਾਨਾਂ ਦਾ ਪਿੰਡ ਸੀ? ਉਹਦੇ ਵਿੱਚ ਮੁਸਲਮਾਨ ਸੀਗੇ ਮੋਸਟਲੀ। ਮੇਰੇ ਖਿਆਲ ਗੜਦੀ ਵਾਲੇ ਕੋਲ ਜਿਹੜਾ ਧਰਮਕੋਟ ਹੈ ਉੱਥੋਂ ਰਾਈ ਗਏ ਹੋਣਗੇ। ਹੋ ਸਕਦਾ, ਹੋ ਸਕਦਾ, ਇਹ ਨਹੀਂ ਮੈਂ ਕਹਿ ਸਕਦਾ, ਧਰਮਕੋਟ ਸੀਗਾ। ਅੱਛਾ, ਉਹਤੋਂ ਬਾਅਦ ਇਹ ਹੋਈ ਡੰਡਿਆਲ, ਸੈਲਾ, ਪੈਂਸਰਾ, ਖੂੰਗਿਆਂ ਦਾ ਨੰਗਲ, ਹੋਰ ਇੱਦਾਂ ਦੇ ਪਿੰਡ ਸੀਗੇ। ਹਾਂਜੀ, ਮਤਲਬ ਚੱਕ ਨੰਬਰ ਤਾਂ ਉਹਨਾਂ ਦੇ ਹੋਰ ਹੋਣਗੇ, ਉਹਨਾਂ ਦੇ ਚੱਕ ਨੰਬਰ। ਡੰਡੇਵਾਲ ਵੀ ਮਾਲਪੁਰ ਦੇ ਏਰੀਏ ਦਾ ਪਿੰਡ? ਹਾਂ, ਉਹ ਵੀ ਉੱਧਰ ਦਾ ਹੀ ਹੈ। ਸੈਲਾ, ਪੈਂਸਰਾ ਵੀ ਉੱਧਰ ਦਾ ਹੈ। ਹੋਰ ਵੀ ਪਿੰਡ ਜਿਹੜੇ ਸੀਗੇ ਹੁਣ ਜ਼ਿਆਦਾ ਲਾਗੇ ਤਾਂ ਹੈ ਨਹੀਂ ਸੀ। ਪੈਂਸਰਾ ਤਾਂ ਕਹਿੰਦੇ ਹੁਣ ਇਸ ਵੇਲੇ ਬਹੁਤ ਵੱਡਾ ਕਸਬਾ ਬਣ ਗਿਆ। ਹਾਂ, ਉਹ ਤਾਂ ਬਣਦਾ ਹੀ ਆ, ਉਹ ਤਾਂ ਇੱਧਰ ਵੀ ਵਧੀ ਜਾਂਦੇ ਆ ਪਿੰਡ ਅਤੇ ਇੱਦਾਂ ਹੈ ਉੱਥੇ। ਉਹ ਤੋਂ ਬਾਅਦ ਹੁਣ ਸ਼ੁਰੂ ਕਰੀਏ ਜਦੋਂ ਪਾਠ ਛੇਣ ਦਾ ਮੌਕਾ ਆਇਆ ਤੁਹਾਡੇ ਕੋਈ। ਹਾਂ, ਸਕੂਲ ਜਾਣ ਦਾ ਤਾਂ ਮੌਕਾ ਨਹੀਂ ਮਿਲਿਆ ਹੁਣ। ਹਾਂ, ਸਕੂਲ ਦੀ ਗੱਲ ਹੁਣ ਸੁਣ ਲਓ, ਇਹ ਪਹਿਲੇ ਆਉਣਾ ਚਾਹੀਦਾ ਸੀਗਾ। ਇੱਦਾਂ ਹੈ ਕਿ ਸਕੂਲ ਸਾਡੇ ਪ੍ਰਾਇਮਰੀ ਸਕੂਲ ਹੀ ਪਿੰਡ ਦੇ ਵਿੱਚ ਹੁੰਦਾ ਸੀਗਾ। ਬਹੁਤ ਵੱਡਾ ਸਕੂਲ ਦਾ ਏਰੀਆ ਸੀ ਉੱਥੇ। ਬੋਹੜਾਂ ਦੇ ਦਰੱਖਤ ਤਾਂ ਹੋਰ ਬੜੇ ਦਰੱਖਤ ਹੁੰਦੇ ਸੀਗੇ। ਬੜਾ ਸਾਫ਼ ਸੁਥਰਾ ਏਰੀਆ ਹੁੰਦਾ ਸੀਗਾ ਅਤੇ ਇੱਕੋ ਹੀ ਮਾਸਟਰ ਹੁੰਦਾ ਸੀਗਾ, ਉਹਦਾ ਨਾਂ ਸ਼ਾਇਦ ਅਹਿਮਦੀਨ ਸੀਗਾ ਜੀ। ਸੁਣਿਆ ਮੈਨੂੰ, ਉਦੋਂ ਤਾਂ ਯਾਦ ਨਹੀਂ ਸੀਗਾ। ਅੱਛਾ, ਉਹ ਜਿਹੜਾ ਮਾਸਟਰ ਸੀਗਾ ਬਹੁਤ ਹੈਂਡਸਮ ਸੀਗਾ। ਬੋਦਾ ਬਹੁੰਦਾ ਹੁੰਦਾ ਸੀਗਾ, ਤੰਬਾ ਲਾਉਂਦਾ ਹੁੰਦਾ ਸੀਗਾ ਅਤੇ ਹੁੱਕਾ ਵੀ ਉਹ ਪੀਂਦਾ ਹੁੰਦਾ ਸੀਗਾ ਅਤੇ ਉਹ ਬਹੁਤ ਮਸ਼ਹੂਰ ਸੀਗਾ। ਅਤੇ ਮੈਂ ਉਸ ਸਕੂਲ ਦੇ ਵਿੱਚ ਦਾਖਲ, ਜਿੱਥੇ ਤੱਕ ਮੈਂ ਯਾਦ ਕਰ ਸਕਦਾ, ਮੈਨੂੰ ਐਗਜ਼ੈਕਟ ਨਹੀਂ ਪਤਾ, ਮੈਂ ਜਾਂ ਤਾਂ 45 'ਚ ਦਾਖਲ ਹੋਇਆ ਉੱਥੇ ਜੀ, ਅਤੇ ਜਾਂ ਮੈਂ 46 'ਚ ਦਾਖਲ ਹੋਇਆ, ਕਿਉਂਕਿ ਮੈਂ ਦੂਸਰੀ ਕਲਾਸ ਦੇ ਵਿੱਚ ਸੀਗਾ ਜਦੋਂ ਪਾਰਟੀਸ਼ਨ ਹੋਈ ਹੈ 47 ਦੀ ਜੀ। ਅਤੇ ਅਸੀਂ ਇੱਧਰ ਆ ਕੇ ਮੈਂ ਦੂਸਰੀ 'ਚ ਜੁਆਇਨ ਕੀਤਾ ਸੀਗਾ ਅਤੇ ਇਹ 45 ਜਾਂ 46 ਸਾਲ ਦੇ ਵਿੱਚ ਮੇਰੀ ਐਡਮਿਸ਼ਨ ਉਸ ਸਕੂਲ 'ਚ ਹੋਈ ਹੈ ਜੀ। ਮੈਂ ਰਿਕੁਐਸਟ ਕਰਾਂਗਾ, ਐਕਚੁਅਲੀ ਸਕੂਲ ਦਾ ਪ੍ਰੈਜ਼ੈਂਟ ਹੈੱਡ ਮਾਸਟਰ, ਉੱਥੇ ਹੋਰ ਵੀ ਟੀਚਰ ਮੇਰਾ ਖਿਆਲ ਅੱਜ ਕੱਲ੍ਹ ਜ਼ਿਆਦਾ ਹੈ, ਅਤੇ ਮੈਂ ਚਾਹੁੰਦਾ ਨਾ ਕਦੇ ਰਾਬਤਾ ਉਹਨਾਂ ਨਾਲ ਹੋ ਜਾਵੇ, ਮੈਂ ਗੱਲਬਾਤ ਕਰਾਂ। ਵਾਹ, ਉਸ ਸਕੂਲ ਦੇ ਵਿੱਚ ਮੈਂ ਪੜ੍ਹਿਆ, ਅਸੀਂ ਹਾਲਾਂਕਿ ਛੋਟੇ ਬੱਚੇ ਸੀ ਫਿਰ ਵੀ ਮਿਹਨਤ ਕਰਨਾ ਸਾਨੂੰ ਮਾਸਟਰ ਅਹਿਮਦੀਨ ਨੇ ਸਿਖਾ ਲਿਆ ਸੀਗਾ। ਮੈਂ ਪੜ੍ਹਾਈ ਦੇ ਵਿੱਚ ਮੈਂ ਕਾਫੀ ਅੱਛਾ ਸੀ ਔਰ ਮੇਰੇ ਫਾਦਰ ਸਾਹਿਬ ਹਮੇਸ਼ਾ ਮੇਰਾ ਪਿੱਛਾ ਕਰਦੇ ਹੁੰਦੇ ਸੀਗੇ। ਉਹਨੇ ਸਕੂਲ ਜਾਣਾ, ਪੁੱਛਣਾ ਮੇਰੇ ਬਾਰੇ ਵੀ ਕੀ ਹਾਲ ਮੁੰਡੇ ਦਾ, ਅਤੇ ਉਹ ਮੈਨੂੰ ਯਾਦ ਹੈ। ਅੱਛਾ, ਉਹਦਾ ਉੱਥੋਂ ਦੀ ਮਾਸਟਰ ਅਹਿਮਦੀਨ ਦੀ ਪੜ੍ਹਾਈ ਦਾ ਮੇਰੇ 'ਤੇ ਇੰਨਾ ਅਸਰ ਹੋਇਆ ਕਿ ਇੱਧਰ ਜਦੋਂ ਆ ਕੇ ਅਸੀਂ ਭਾਗੋਵਾਲ ਆ ਗਏ ਅਤੇ ਪਨੋਰੀ ਬਾਵਾ ਦਾਸ ਹੈ ਸਾਡੇ ਲਾਗੇ, ਉੱਥੇ ਮੈਂ ਦਾਖਲ ਹੋਇਆ ਦੂਸਰੀ ਕਲਾਸ ਦੇ ਵਿੱਚ ਅਤੇ ਚੌਥੀ ਕਲਾਸ ਤੱਕ ਉੱਥੇ ਮੈਂ ਪ੍ਰਾਇਮਰੀ ਸਕੂਲ ਸੀਗਾ ਪੜ੍ਹਿਆ। ਅਤੇ ਚੌਥੀ ਕਲਾਸ ਦਾ ਜਿਹੜਾ ਸੀਗਾ ਫਾਈਨਲ ਐਗਜ਼ਾਮ ਉਹ ਬੁੱਲੋਵਾਲ ਹੋਇਆ। ਉੱਥੇ ਬੁੱਲੋਵਾਲ 5-6 ਸਕੂਲਾਂ ਦੇ ਬੱਚੇ ਸਾਰੇ ਹੀ ਚੌਥੀ ਕਲਾਸ ਦੇ ਲਿਆ ਕੇ ਉਹਨਾਂ ਦਾ ਇਕੱਠਾ ਐਗਜ਼ਾਮ ਸੀਗਾ ਜੀ ਜੀ। ਉਹ ਇਕੱਠਾ ਐਗਜ਼ਾਮ ਜਿਹੜਾ ਸੀਗਾ ਅਤੇ ਉਹ ਮੈਂ ਉੱਥੇ ਐਗਜ਼ਾਮ ਦਿੱਤਾ ਬੁੱਲੋਵਾਲ। ਉਹਦੇ ਵਿੱਚ ਪਰਮਾਤਮਾ ਨੇ ਇੰਨੀ ਮਿਹਰ ਕੀਤੀ ਕਿ ਮੈਂ ਉਹ ਟੋਪ ਕੀਤਾ ਉਸ ਸਕੂਲ ਜਿਹੜਾ ਸੀ ਟੋਪ ਕੀਤਾ।
ਅੱਛਾ, ਉਹਨਾਂ ਦਿਨਾਂ ਦੇ ਵਿੱਚ ਜਿਹੜੇ ਹਾਈ ਸਕੂਲ ਸੀਗੇ ਉਹ ਮਸ਼ਹੂਰ ਸੀਗੇ, ਹਰਿਆਣੇ ਦਾ DAV ਸਕੂਲ ਜਾਂ ਦੂਸਰਾ ਸਕੂਲ ਉੱਥੇ ਕੌਮੀ ਸਕੂਲ, ਉਸ ਤੋਂ ਬਾਅਦ ਫਿਰ ਹਰਿਆਣੇ ਚਲੇ। ਹਾਂਜੀ ਹਾਂਜੀ। ਹੁਣ ਆਪਾਂ ਇੱਕ ਵਾਰੀ ਥੋੜ੍ਹਾ ਜਿਹਾ ਪਿੱਛੇ ਨੂੰ ਮੁੜੀਏ, ਹਾਂ, ਫਿਰ ਪਿੰਡ ਵੱਲ ਜਾਈਏ। ਪਿੰਡ ਦੇ ਲੰਬੜਦਾਰਾਂ ਦੇ ਨਾਮ ਯਾਦ ਹੈ? ਇੱਥੋਂ ਦੇ ਬੁੱਢੀ ਪਿੰਡ ਦੇ, ਉੱਧਰ ਬੁੱਢੀ ਪਿੰਡ ਦੇ, ਉੱਥੇ ਜਵਾਲਾ ਸਿੰਘ ਨੰਬਰਦਾਰ ਸੀਗਾ। ਇੱਕੋ ਹੀ? ਬਸ ਬਸ ਇੱਕੋ ਹੀ ਨੰਬਰਦਾਰ ਸੀਗਾ, ਇੱਕੋ ਹੀ ਨੰਬਰਦਾਰ ਸੀਗਾ। ਉਹ ਕਹਿੰਦੇ ਕਹਾਉਂਦੇ ਸੀਗੇ ਬੰਦੇ, ਬਾਕੀ ਇਹ ਹੈਗੀ ਹੈ ਕਿ ਹੁਣ ਉੱਥੇ ਦੀਆਂ ਕਹਾਣੀਆਂ ਜਿਹੜੀਆਂ ਆ ਅਸੀਂ ਜ਼ਿਆਦਾ ਨਹੀਂ ਯਾਦ ਕਰਦੇ, ਪਰ ਇਹ ਗੱਲ ਅਸੀਂ ਵੀ ਸੁਣੀ ਹਾਂ ਵੀ ਉਹ ਕਹਿੰਦੇ ਹੁੰਦੇ ਸੀ, ਮਾਝੇ ਵਾਲੇ ਕਹਿੰਦੇ ਕਿ ਦੁਆਬਿਆਂ ਦੇ ਕੁੜੀਆਂ ਪੈਦਾ ਹੁੰਦੀਆਂ ਅਤੇ ਸਾਡੇ ਵੱਲ ਨੂੰ ਪੈਰ ਕਰ ਦਿੰਦੇ ਆ, ਅਤੇ ਇੱਦਾਂ ਦੀ ਕਹਾਣੀ ਸੀਗੀ। ਲੇਕਿਨ ਇਹ ਸੀ ਕਿ ਜਵਾਲਾ ਸਿੰਘ ਨੇ ਇਹ ਕਰ ਦਿੱਤਾ ਸੀ ਵੀ ਅੱਗੇ ਉਹ ਵਾਸਤੇ ਕੁੜੀਆਂ ਹੀ ਨਾ ਮਾਝੇ ਵਾਲਿਆਂ ਨੂੰ ਦਿਓ। ਅੱਜ ਇਹ ਜਿਹੜੀ ਤਾਂ ਸੁਣਿਆ ਮੈਂ ਵੀ, ਇਹ ਗੱਲ ਮੈਂ ਆਪਣੀ ਇੱਕ ਕਹਾਣੀ ਦੇ ਵਿੱਚ ਵੀ ਮੈਂ ਪੜ੍ਹੀ ਹੈ ਤੁਹਾਡੇ, ਅਤੇ ਮੈਨੂੰ ਥੋੜ੍ਹਾ ਜਿਹਾ ਦੱਸਿਓ ਕਿ ਜਦੋਂ ਇਹ ਮਾਝੇ ਵਾਲੇ ਕਹਿੰਦੇ ਸੀਗੇ, ਜਿਹੜੀ ਦੁਆਬੇ ਦੇ ਵਿੱਚ ਇੱਕ ਗਰੁੱਪ ਬਣਿਆ ਸੀ, ਕਹਿ ਲਓ ਸੰਸਥਾ ਬਣੀ ਸੀ, ਉਹ ਮੇਨ ਬੁੱਢੀ ਪਿੰਡ ਵਾਲਿਆਂ ਨੇ ਕਹਿੰਦੇ ਬਣਾਈ ਸੀ ਨਾ? ਇਹ ਇੱਦਾਂ ਹੈ ਕਿ ਮੇਨਲੀ ਉਹ ਸੰਸਥਾ ਦਾ ਉਹ ਜਵਾਲਾ ਸਿੰਘ ਹੀ ਸੀਗਾ ਇਸ ਚੀਜ਼ ਨੂੰ ਧੂਲ ਦੇਣ ਵਾਲਾ। ਇਹ ਚੌਹਾਨ ਜੱਟ? ਹਾਂ, ਚੌਹਾਨ ਹੀ ਸਾਰੇ, ਚੌਹਾਨ ਚੌਹਾਨ ਹੀ ਸੀਗੇ ਅਤੇ ਮੇਰੇ ਹਿਸਾਬ ਨਾਲ ਉਹੀ ਆ। ਬਾਕੀ ਇਹ ਸੀ ਜਿਹੜਾ ਮਾਸਟਰ ਦਸੌਂਦਾ ਸਿੰਘ ਸੀਗਾ, ਉਹਨਾਂ ਦਾ ਪਣਵਈਆ ਸੀ ਇੱਕ ਕਾਬਲ ਸਿੰਘ। ਅੱਛਾ। ਉਹ ਬਾਅਦ ਦੇ ਵਿੱਚ ਸ਼ਾਇਦ SPGC ਦਾ ਵੀ ਪ੍ਰੈਜ਼ੀਡੈਂਟ ਰਿਹਾ, ਪ੍ਰਧਾਨ ਰਿਹਾ। ਹਾਂਜੀ ਹਾਂਜੀ, ਕਾਬਲ ਸਿੰਘ ਉਹ ਵੀ ਰਿਹਾ, ਕਾਬਲ ਸਿੰਘ ਇੱਧਰ ਹੀ ਕਿਤੇ ਸ਼ੰਕਰ ਵਾਲੇ ਮਾਲਪੁਰ ਦਾ। ਹਾਂਜੀ, ਅਤੇ ਉਹ ਰਿਹਾ, ਅਤੇ ਬਾਕੀ ਇਹ ਜਵਾਲਾ ਸਿੰਘ ਉਹਦਾ ਕਰਤਾ ਧਰਤਾ ਸੀਗਾ ਉਸ ਕੰਮ ਦੇ ਵਿੱਚ ਚੱਕਣ ਵਾਲਾ। ਅਤੇ ਸੰਸਥਾ ਬਣੀ ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਲੇਕਿਨ ਇਹ ਕਿ ਜਵਾਲਾ ਸਿੰਘ ਸਿਰ ਕੱਢ ਸੀਗਾ ਇਸ ਮਾਮਲੇ ਦੇ, ਇਸ ਗੱਲ ਦਾ ਉਹਨੇ ਗੁੱਸਾ ਕੀਤਾ ਸੀ। ਔਰ ਗੁੱਸਾ ਵੱਲੋਂ ਸਾਰਿਆਂ ਦੇ ਵਿੱਚ ਉਹ ਤਾਂ ਆ ਹੀ ਜਾਂਦਾ ਇਸ ਗੁੱਸਾ, ਹਰ ਬਰਾਦਰੀ 'ਚ ਆ ਜਾਂਦਾ। ਮਤਲਬ ਹੁਣ ਜਦੋਂ ਕਿ ਮਾਝਾ, ਮਾਲਵਾ, ਦੁਆਬਾ ਤਕਰੀਬਨ ਇਕੱਠੇ ਹੋ ਗਏ ਆ, ਹਾਂਜੀ, ਹੁਣ ਤਾਂ ਦੁਨੀਆ ਹੀ ਪਿੰਡ ਬਣ ਨੂੰ ਫਿਰਦੀ ਆ। ਹਾਂਜੀ, ਅਤੇ ਹੁਣ ਤਾਂ ਇਹ ਗੱਲਾਂ ਰਹੀਆਂ ਨਹੀਂ। ਹਾਂਜੀ, ਮੇਰਾ ਖੁਦ ਵਿਆਹ ਮਾਝੇ 'ਚ ਹੋਇਆ। ਹਾਂਜੀ ਹਾਂਜੀ, ਅਤੇ ਪਰ ਬਹੁਤ ਪਹਿਲਾਂ ਜਿੱਦਾਂ ਮੇਰੇ ਦਾਦਾ ਜੀ ਦੀ ਮਾਸੀ ਇੱਕ ਵਿਆਹੀ ਸੀ ਮਾਝੇ ਦੇ ਵਿੱਚ। ਹਾਂਜੀ ਹਾਂਜੀ, ਉਸ ਤੋਂ ਬਾਅਦ ਇਹ ਕਈ ਸਾਲ, ਹਾਂਜੀ, ਮੇਰਾ ਖਿਆਲ ਕੋਈ 40-50 ਸਾਲ ਇਸ ਤਰ੍ਹਾਂ ਦਾ ਸਮਾਂ ਆਇਆ ਜਦੋਂ ਮਾਝੇ ਅਤੇ ਦੁਆਬੇ ਵਿੱਚ ਥੋੜ੍ਹਾ ਜਿਹਾ ਨਾ ਵਿਆਹ ਸ਼ਾਦੀ ਦਾ ਜਿਹੜਾ ਰਿਸ਼ਤੇ ਟੁੱਟ ਗਏ ਸੀ। ਹਾਂਜੀ ਹਾਂਜੀ, ਅਤੇ ਮਾਲਵੇ ਅਤੇ ਮਾਝੇ ਦੇ ਵਿੱਚ ਰਿਸ਼ਤੇ ਹੁੰਦੇ ਸੀਗੇ। ਹਾਂਜੀ ਹਾਂਜੀ ਹਾਂਜੀ, ਉਹ ਤਾਂ ਹੁਣ ਵੀ ਆਉਂਦੇ। ਐਕਚੁਲੀ ਮਾਝਾ ਮਾਲਵਾ ਜਿਹੜਾ ਇਹ ਕਾਫੀ ਕਲੋਜ਼ ਹੈ ਸ਼ੁਰੂ ਤੋਂ ਹੀ। ਹਾਂਜੀ, ਅਤੇ ਅੱਜ ਕੱਲ੍ਹ ਵੀ ਇਹਨਾਂ ਦੇ ਮੋਸਟਲੀ ਰਿਸ਼ਤੇਦਾਰੀਆਂ ਇਹ ਇੱਧਰ ਉੱਧਰ ਹੀ ਹੈ ਜੀ। ਹਾਂਜੀ, ਅਤੇ ਤੁਹਾਡਾ ਪਿੰਡ ਵੈਸੇ ਬੜੀ ਸਾਂਝ ਵਾਲਾ ਸੀ ਜਾਂ ਲੜਾਈ ਝਗੜਾ ਵੀ ਹੁੰਦਾ ਸੀ? ਨਹੀਂ ਨਹੀਂ, ਕੋਈ ਲੜਾਈ ਝਗੜਾ ਨਹੀਂ ਹੁੰਦਾ, ਬਹੁਤ ਅੱਛਾ, ਹਰ ਇੱਕ ਦੀ ਇੱਜ਼ਤ ਸੀਗੀ। ਦੇਖੋ ਜਿੰਨੇ ਵੀ ਕੰਮੀ ਲੋਕ ਸੀਗੇ ਜਾਂ ਹੋਰ ਸੀਗੇ, ਸਾਰਿਆਂ ਦੀ ਇੱਜ਼ਤ ਸੀਗੀ, ਠੀਕ ਹੈ ਨਾ। ਕੋਈ ਇਸੇ ਕਿਸੇ ਨੂੰ ਭੁੱਖਾ ਨਹੀਂ ਕੋਈ ਮਰਨ ਦਿੰਦਾ ਸੀਗਾ, ਠੀਕ ਹੈ ਨਾ। ਬਾਕੀ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ। ਹੁਣ ਸਾਡੇ ਆਪਣੇ ਘਰ ਦੇ ਵਿੱਚ ਇੱਦਾਂ ਸੀਗੀ ਕਿ ਕਈ ਫੈਮਿਲੀਆਂ ਸੀਗੀਆਂ ਸਾਡੇ ਘਰੋਂ, ਅਸੀਂ ਉਹਨਾਂ ਨੂੰ ਦਾਣੇ ਦੇਈਦੇ ਸੀਗੇ। ਅੱਛਾ, ਇੱਥੇ ਤੱਕ ਕਿ ਜਦੋਂ ਇਹ ਹੁਣ ਜੱਟਾਂ ਦੇ ਘਰੀਂ ਤੋਂ ਉਸ ਵੇਲੇ ਮੰਗਣ ਕੋਈ ਜਾਂਦਾ ਨਹੀਂ ਸੀ, ਅਤੇ ਆਪਸ ਦੇ ਵਿੱਚ ਹੀ ਹੁੰਦਾ ਕਿ ਚਲੋ ਇੱਕ ਦੂਜੇ ਦੀ ਮਦਦ ਕਰ ਦਿਓ।
ਹੁਣ ਬਲਕਿ ਜਦੋਂ ਇਹ ਪਾਰਟੀਸ਼ਨ ਵੀ ਹੋਈ ਆ ਉਦੋਂ ਫਿਰ ਛੋਲੇ ਭੁੰਨ ਭੁੰਨ ਕੇ, ਦਾਣੇ ਭੁੰਨ ਭੁੰਨ ਕੇ, ਰੋੜੇ ਬਣਾ ਕੇ ਤਾਂ ਉਹ ਰੱਖ ਲਏ ਸੀਗੇ ਗੱਡਿਆਂ ਦੇ ਉੱਤੇ। ਉਹ ਸਾਰੀ ਸਾਰੀ ਗੱਲ ਆਪਾਂ ਹੁਣ ਕਰ ਲੈਂਦੇ ਹਾਂ, ਹਾਂਜੀ ਪਹਿਲਾਂ ਉਹੀ ਗੱਲ ਕਰ ਲੈਂਦੇ ਹਾਂ, ਹਾਂਜੀ ਬਾਕੀ ਫਿਰ ਇੱਕ ਵਾਰੀ ਮੁੜਦੇ ਰਹਾਂਗੇ ਪਿੰਡ ਤੁਹਾਡੇ ਵਾਰ ਵਾਰ। ਠੀਕ ਹੈ, ਅਤੇ ਉਹ ਫਿਰ ਤੁਸੀਂ ਕਦੋਂ ਤੁਹਾਨੂੰ ਲੱਗਿਆ ਵੀ ਜਾਣਾ ਪੈਣਾ ਹੁਣ ਤੁਰਨਾ ਹੀ ਪੈਣਾ? ਉਹ ਇਸ ਤਰ੍ਹਾਂ ਸੀ ਕਿ ਸੰਨ 47 ਦੇ ਵਿੱਚ ਇਹ ਰੌਲਾ ਤਾਂ ਪੈ ਗਿਆ ਸੀਗਾ ਕਿ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋ ਜਾਣੀ ਹੈ ਜੀ। ਤਾਂ ਇਹ 15 ਅਗਸਤ ਆਉਣ ਤੋਂ ਪਹਿਲੇ ਹੀ ਇਸ ਚੀਜ਼ ਦਾ ਰੌਲਾ ਪਿਆ ਸੀਗਾ। ਅਤੇ ਉੱਥੇ ਦੁਨੀਆ ਦੇ ਵਿੱਚ ਥੋੜ੍ਹਾ ਜਿਹਾ ਦੁਰਾਡਾ ਦੂਰੀ ਆ ਰਹੀ ਸੀਗੀ ਮਨਾਂ ਦੇ ਵਿੱਚ। ਅੱਛਾ, ਉਹਦੇ ਵਿੱਚ ਵੀ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਸਾਡੇ ਆਪਣੇ ਫੈਮਿਲੀ ਦੇ ਬਾਰੇ ਕਿ ਉਹਨਾਂ ਦਿਨਾਂ 'ਚ ਮੇਰੀ ਭੂਆ ਜਿਹੜੀ ਮੰਗੋ ਸੀਗੀ ਮਕੇਰੀਆਂ ਉਹਦੀ ਹੋ ਗਈ ਸੀ ਡੈਥ। ਅੱਛਾ, ਉੱਥੇ ਮੇਰੇ ਪਿਤਾ ਜੀ ਫਿਰ ਅਤੇ ਮੇਰੇ ਮਾਤਾ ਜੀ ਮੈਨੂੰ ਉੱਧਰ ਛੱਡ ਆਏ ਸੀਗੇ, ਕਹਿੰਦੇ ਇਹਨੂੰ ਨਹੀਂ ਅਸੀਂ ਲਿਜਾਣਾ, ਹਾਲਾਤ ਠੀਕ ਨਹੀਂ ਆ। ਅਤੇ ਉਹ ਆਏ, ਉਹਨਾਂ ਦੇ ਲਾਸਟ ਰਾਈਟ ਉਹਨੇ ਕੀਤੇ ਜੀ। ਅਤੇ ਉਹ ਕਰਕੇ ਅਤੇ ਸਾਡੇ ਫਾਦਰ ਸਾਹਿਬ ਆ ਗਏ ਪਿੰਡ ਭਾਗੋਵਾਲ। ਜਦੋਂ ਭਾਗੋਵਾਲ ਰਾਤ ਠਹਿਰੇ ਸੀਗੇ ਅਤੇ ਸਾਡੇ ਪਿੰਡ ਸੀਕਰੀ ਦਾ ਮੇਲਾ ਜਿਹੜਾ ਲੱਗਦਾ ਆ, ਉਹ ਮੇਲਾ ਐਕਚੁਲੀ ਸਾਡੇ ਪਿੰਡ ਦਾ, ਉੱਥੇ ਬਹੁਤ ਬਾਗ ਹੁੰਦਾ ਸੀ ਅੰਬਾਂ ਦਾ ਵੱਡਾ ਜੀ, ਅਤੇ ਉਹ ਵਰਚੁਅਲੀ ਮੇਲਾ ਸਾਡੇ ਪਿੰਡ 'ਚ ਹੀ ਲੱਗਦਾ ਸੀਗਾ। ਅੱਛਾ, ਬਾਗ ਦੇ ਵਿੱਚ। ਅੱਛਾ, ਉਸ ਬਾਗ ਦੇ ਵਿੱਚ ਮੁਸਲਮਾਨ ਪਤਾ ਨਹੀਂ ਕੁਮਾਰ ਸੀ ਆਏ ਕਿ ਉਹ ਰਾਤ ਉੱਥੇ ਠਹਿਰੇ ਸੀਗੇ ਜੀ। ਤਾਂ ਉਹ ਮੇਰਾ ਫਾਦਰ ਜਦੋਂ ਗਿਆ ਸੀਗਾ ਉਹ ਪਿੰਡ 'ਚ ਠਹਿਰਿਆ ਸੀਗਾ, ਉਸ ਰਾਤ ਉੱਥੇ ਕਤਲ ਹੋ ਗਿਆ ਉਹਨਾਂ ਦਾ। ਓਹੋ, ਅੱਛਾ ਹਾਂਜੀ। ਇਹ ਹੁਣ ਮੈਂ ਡੇਟ ਤਾਂ ਨਹੀਂ ਦੱਸ ਸਕਦਾ, ਨਹੀਂ ਬਸ ਠੀਕ ਹੈ, ਲੇਕਿਨ ਉੱਥੇ ਕਤਲ ਹੋ ਗਿਆ। ਕਿੰਨੇ ਕੁ ਬੰਦੇ ਹੋਣਗੇ ਉਹ ਮੁਸਲਮਾਨ? ਮੇਰਾ ਖਿਆਲ 5-7 ਬੰਦੇ ਤਾਂ ਹੋਣਗੇ, ਇੰਨੇ ਕਿ ਜ਼ਿਆਦਾ ਵੱਡਿਆ ਤਾਂ ਨਹੀਂ ਸੀਗਾ। ਅੱਛਾ, ਉਹ ਕਤਲ ਹੋ ਗਿਆ ਅਤੇ ਸਾਡੇ ਪਿਤਾ ਜੀ ਨੇ ਕੀ ਕੀਤਾ, ਉਹਨੂੰ ਦੇਰ ਨਹੀਂ ਕੀਤੀ, ਉਹ ਫਟਾਫਟ ਆਪਣੇ ਚੜਿਆ ਗੱਡੀ ਅਤੇ ਉਹ ਆ ਗਿਆ ਜੀ ਇੱਧਰ ਨੂੰ ਬੁੱਢੀ ਪਿੰਡ ਵੱਲ। ਹਾਂ ਨਹੀਂ, ਬੁੱਢੀ ਪਿੰਡੋਂ ਨਹੀਂ, ਆਪਣੇ ਚੱਕ ਨੂੰ ਇੱਧਰ ਨੂੰ, ਬੁੱਢੀ ਪਿੰਡ ਨੂੰ ਆ ਗਿਆ। ਅੱਛਾ, ਜਿਹੜੀ ਗੱਡੀ ਦੇ ਵਿੱਚ ਉਹ ਗਿਆ ਜਲੰਧਰੋਂ ਬੈਠ ਕੇ ਜੀ, ਉਹ ਤੋਂ ਬਾਅਦ ਜਿਹੜੀ ਗੱਡੀ ਆਈ ਉਹ ਸਾਰੀ ਵੱਡੀ ਹੋ ਗਈ ਉੱਧਰ ਨੂੰ ਫਿਰ, ਕਿਉਂਕਿ ਉੱਧਰੋਂ ਵੀ ਵੱਡੀਆਂ ਗੱਡੀਆਂ ਆ ਰਹੀਆਂ ਸੀਗੀਆਂ ਜੀ ਜੀ। ਅਤੇ ਇਹ ਸਾਡੇ ਪਿਤਾ ਜੀ ਆਪਣੇ ਅੰਨਾ ਪੱਕਾ ਉਤਰ ਕੇ ਇਹ ਘਰ ਆ ਗਏ, ਪਿੱਛਿਓਂ ਖਬਰ ਇਹ ਹੋਈ ਆ ਗਈ ਕਿ ਗੱਡੀਆਂ ਜਿਹੜੀਆਂ ਵੱਡੀਆਂ ਹੀ ਆ ਰਹੀਆਂ ਅਤੇ ਵੱਡੀਆਂ ਹੀ ਜਾ ਰਹੀਆਂ। ਇਹ ਹਾਲਾਤ ਸੀਗੇ ਉਹਨਾਂ ਦਿਨਾਂ 'ਚ। ਉਹ ਕਹਿੰਦੇ ਕਿ ਸਾਡਾ ਇਕੱਲਾ ਇਕੱਲਾ ਪੁੱਤ ਸੀ, ਅਸੀਂ ਵੀ ਚਲੇ ਜਾਣਾ ਸੀ, ਚੰਗੇ ਹੋਏ ਮੌਕੇ 'ਤੇ ਪਹੁੰਚ ਗਏ ਹਾਂ, ਆਪਣੇ ਘਰ ਤਾਂ ਆ ਗਏ ਜੀ ਜੀ। ਅੱਛਾ, ਇਹ ਹਾਲਾਤ ਉੱਥੋਂ ਦੇ ਆ। ਅੱਛਾ, ਉਹ ਤੋਂ ਬਾਅਦ ਫਿਰ ਕੀ ਹੋਇਆ, ਇਹ ਐਲਾਨ ਨਹੀਂ ਸੀ ਹੋਇਆ 15 ਅਗਸਤ ਵਾਲਾ, ਤਾਂ ਉਹ ਫਿਰ ਅਲਰਟ ਹੋ ਗਏ ਸਾਰੇ। ਅਸੀਂ ਵੀ ਬਲਕਿ ਘਰ ਜਿਹੜੇ ਸੌਂਦੇ ਵੀ ਹੁੰਦੇ ਸੀ ਕੋਠਿਆਂ 'ਚ ਸੌਂਦਾ ਸੀਗਾ ਰਾਤ ਨੂੰ, ਅਤੇ ਆਪਣੇ ਉਹ ਡਾਂਗ ਲੈ ਕੇ ਉਹਦੇ ਨਾਲ ਸਾਡੇ ਛੁਰੀਆਂ ਹੁੰਦੀਆਂ ਸੀ ਲੰਬੀਆਂ, ਉਹ ਬੰਨ੍ਹ ਲੈਣੀਆਂ ਅਤੇ ਵਰਸ਼ਾ ਬਣਾ ਲੈਣਾ
ਵੈਸੇ ਘਰ ਦੇ ਵਿੱਚ ਵਰਸ਼ੇ ਤਲਵਾਰਾਂ ਤਾਂ ਆਮ ਹੁੰਦੀਆਂ ਹੀ ਸੀਗੀਆਂ ਜੀ, ਅਤੇ ਹੁਣ ਬੱਚਿਆਂ ਦੇ ਕੋਲ ਹੋਰ ਕੀ ਹੋਣਾ, ਤਲਵਾਰਾਂ ਥੋੜ੍ਹੀ ਸੀਗੀਆਂ, ਅਤੇ ਉਹ ਜਨਾਨੀਆਂ ਦੇ ਕੋਲ, ਤੋ ਜਨਾਨੀਆਂ ਨੂੰ ਚਾਕੂ ਦੇ ਦੇਣੇ ਜਾਂ ਹੋਰ ਦੇ ਦੇਣਾ ਕਿ ਉਹ ਇੱਦਾਂ ਦਾ ਮਾਹੌਲ ਨਾ ਆ ਜਾਏ ਤਾਂ ਕਿ ਆਪਣਾ ਵਿਚਾਰ ਕਰ ਸਕਣ, ਤਾਂ ਇਹ 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 ਹੁੰਦਾ ਸੀਗਾ। ਅੱਛਾ, ਉਹ ਤੋਂ ਬਾਅਦ ਫਿਰ ਕੀ ਕੀਤਾ ਕਿ ਲੋਕਾਂ ਨੇ ਸੋਚਿਆ ਕਿ ਠੀਕ ਹੈ, ਰੌਲਾ ਪਿਆ ਆ, ਇਹ ਥੰਮ ਜਾਣਾ, ਬਾਅਦ ਦੇ ਬਜਾਏ ਛੱਡ ਕੇ ਝਿੱਲ ਵੀ ਗਏ ਤਾਂ ਉਹਨਾਂ ਦੇ ਫਿਰ ਵੀ ਇੱਥੇ ਹੀ ਆ। ਹਾਂਜੀ, ਇਹ ਵੀ ਲੋਕਾਂ ਦੇ ਵਿੱਚ ਸੋਚ ਸੀਗੀ। ਤੋ ਸਾਡੇ ਵੀ ਗੁਆਂਢੀ ਕਈ ਸੀਗੇ, ਉਹਨੇ ਘਰ ਦੇ ਵਿੱਚ ਆਪਣੇ ਉਹ ਖੋਦਾ ਕਰਕੇ ਆਪਣਾ ਸਮਾਨ ਸਮੂਹ, ਸੰਦੂਕ ਹੁੰਦੇ ਸੀਗੇ ਜਾਂ ਉਹ ਟਰੰਕ ਜਿਹੜੇ ਥੱਲੇ ਦੱਬ ਦਿੱਤੇ, ਸ਼ਾਇਦ ਆ ਹੀ ਜਾਵਾਂਗੇ ਮੌਕੇ 'ਤੇ, ਹੈਂਜੀ। ਅਤੇ ਇਹ ਹਾਲਤ ਸੀਗੀ। ਅੱਛਾ, ਫਿਰ ਜਦੋਂ ਪਤਾ ਹੀ ਹੈ ਕਿ ਉੱਠਣਾ ਆ, ਫਿਰ ਇਹ ਕਹਿ ਵੀ ਹੁਣ ਤਿਆਰੀ ਕਰ ਲਓ ਜਾਣ ਦੀ, ਕਿ ਇਹ ਹੋ ਗਿਆ ਫੈਸਲਾ ਕਿ ਗੱਡਿਆਂ 'ਤੇ ਕਾਫਲਾ ਜਾਣਾ ਹੈ। ਅਤੇ ਉਹ ਫਿਰ ਗੱਡਿਆਂ ਦੇ ਉੱਤੇ ਜੱਟਾਂ ਨੂੰ ਤਾਂ ਕੋਈ ਦਿੱਕਤ ਨਹੀਂ, ਉਹਨੇ ਤਾਂ ਆਪਣੇ ਗੱਡੇ 'ਤੇ ਕਰ ਹੀ ਲੈਣਾ ਸੀ, ਲੇਕਿਨ ਜਿਹੜੇ ਗਰੀਬ ਲੋਕ ਸੀਗੇ ਉਹ ਵੀ ਫਿਰ ਜਿਹੜੇ ਜਿਨ੍ਹਾਂ ਨਾਲ ਕੰਮ ਕਰਦੇ ਸੀ ਉਹ ਨਹੀਂ, ਜੋ ਸਾਨੂੰ ਵੀ ਸਾਡਾ ਇਹ ਮਾਸਟਰ ਦਸੁੰਦਾ ਸਿੰਘ ਜੀ ਇਹਨਾਂ ਦੇ ਗੱਡਿਆਂ 'ਤੇ ਸਮਾਨ ਸੀਗਾ, ਬਾਕੀ ਅਬੋਦਣਾ ਵਾਲੇ ਪ੍ਰੀਤਮ ਸਿੰਘ ਹੋਣੀ ਆ ਉਹਨਾਂ ਦੇ ਗੱਡਿਆਂ 'ਤੇ ਸਾਡਾ ਸਮਾਨ ਸੀਗਾ, ਅਤੇ ਚਾਚਾ ਮੇਰਾ ਸਾਡਾ, ਸਾਡੇ ਕੋਲ ਉਸ ਵੇਲੇ ਦੋ ਮੱਝਾਂ ਸੀਗੀਆਂ, ਇੱਕ ਕੱਟੀ ਸੀ ਜਵਾਨ ਅਤੇ ਇੱਕ ਮੱਝ ਸੀ, ਬਹੁਤ ਭਾਰੀ ਸੀ ਮੱਝ ਜੀ, 5 ਕਲਿਆਣੀ, ਬੜੀ ਭਾਰੀ ਮੱਝ, ਅਤੇ ਇੱਕ ਗਾਂ ਸੀਗੀ। ਉਹ ਫਿਰ ਸਾਡਾ ਚਾਚਾ ਤਾਂ ਉਹ ਨਾਲ ਆਇਆ ਗੱਡਿਆਂ ਦੇ, ਅਤੇ ਅਸੀਂ ਜਿਹੜੇ ਸੀਗੇ ਅਸੀਂ ਪੈਦਲ ਕੇ ਚੱਲ ਕੇ ਆਏ, ਮੇਰੇ ਪਿਤਾ ਜੀ, ਮਾਤਾ ਜੀ, ਦਾਦੀ ਸਾਡੀ, ਭੂਆ ਅਤੇ ਉਹਦੀ ਲੜਕੀ ਜਿਹੜੀ ਮਿੰਦੋ ਸੀਗੀ, ਸਿਸਟਰ ਮੇਰੀ, ਅਤੇ ਉਹ ਅਸੀਂ ਪੈਦਲ ਨਾਲ ਕਾਫਲੇ ਦੇ ਚੱਲ ਕੇ ਆਏ। ਅੱਛਾ, ਅਤੇ ਉਹ ਗੱਡਿਆਂ 'ਤੇ ਸਮਾਨ ਹੋ ਗਿਆ। ਇੰਸੀਡੈਂਟਲੀ ਕੀ ਹੋਇਆ ਕਿ ਇੱਕ ਵਿਚਾਰੇ ਗਰੀਬ ਫੈਮਿਲੀ ਸੀਗੀ, ਉਹਨਾਂ ਦਾ ਗੱਡਿਆਂ ਗੁੱਡਿਆਂ 'ਤੇ ਸਮਾਨ ਤਾਂ ਕਿਨੇ ਰੱਖਿਆ ਨਹੀਂ ਜੀ, ਉਹਨਾਂ ਦੀ ਇੱਕ ਝੋਟੀ ਸੀਗੀ, ਉਹਨੇ ਆਪਣਾ ਸਮਾਨ ਉਹ ਦੋਨੇ ਪਾਸੇ ਉਹ ਝੋਟੀ 'ਤੇ ਲਟਕਾ ਕੇ ਤਾਂ ਉਹਨੂੰ ਝੋਟੀ ਨੂੰ ਲੈ ਕੇ ਤੁਰ ਪਏ। ਜਦੋਂ ਆਏ ਲਾਇਲਪੁਰ, ਉਹ ਝੋਟੀ ਦੌੜ ਗਈ ਸਾਰੇ ਸਮਾਨ 'ਚ, ਤਾਂ ਉਹ ਕਿਸੇ ਦੀ ਹਿੰਮਤ ਨਹੀਂ ਪਈ ਵੀ ਉਹਨੂੰ ਜਾ ਕੇ ਮੁੜ ਕੇ ਸਮਾਨ ਵੀ ਨਾਲ ਹੀ ਲੈ ਗਏ, ਸਮਾਨ ਵੀ ਨਾਲ ਲੈ ਗਏ, ਉਹ ਵਿਚਾਰੇ ਗਰੀਬ ਲੋਕਾਂ ਨੇ ਫਿਰ ਮਦਦ ਕੀਤੀ ਹੋਏਗੀ। ਅਤੇ ਇੱਦਾਂ ਦਾ ਇੰਸੀਡੈਂਟ ਇੱਕ ਇਹ ਹੋਇਆ। ਅੱਛਾ, ਹੁਣ ਇੱਦਾਂ ਸੀਗੀ ਕਿ ਸਾਨੂੰ ਪਿੰਡੋਂ ਕੋ 2-2.5 ਮਹੀਨੇ ਪਹਿਲੇ ਹੀ ਉਠਾਲ ਦਿੱਤਾ ਗਿਆ ਕਿ ਪਿੰਡ ਉੱਠ ਕੇ ਤੁਸੀਂ ਇਹ ਸੜਕ ਦੇ ਨਾਲ ਨਾਲ ਬਹਿ ਜਾਓ, ਅਤੇ ਅਸੀਂ ਆ ਕੇ ਫਿਰ ਉਹ ਡੰਡੇ ਵਾਲ ਬੈਠੇ ਸੀਗੇ, ਡੰਡੇ ਵਾਲ ਠੀਕ ਹੈ, ਉੱਥੇ ਸਾਡੇ ਆਪਣੇ ਬਰਾਦਰੀ ਦਾ ਘਰ ਸੀਗੀ, ਉਹਨਾਂ ਦੇ ਘਰ ਅਸੀਂ ਠਹਿਰੇ, ਰੋਟੀ ਪਾਣੀ ਬਣਾ ਲਈ ਦੀ ਸੀ, ਖਾ ਲਈ ਦੀ ਸੀਗੀ, ਅਤੇ ਬਾਕੀ ਸੀ ਸਾਡੇ ਘਰ ਦਾਣਾ ਫੱਕਾ ਕਾਫੀ ਸੀਗਾ, ਅਸੀਂ ਖੋਲ੍ਹ ਦਿੱਤੀਆਂ ਛੋਲਿਆਂ ਦੀਆਂ ਬੋਰੀਆਂ ਕਿ ਜਿਹਨੂੰ ਚਾਹੀਦਾ ਲੈ ਜਾਓ ਅਤੇ ਭੁੰਨ ਕੇ ਅਤੇ ਰੱਖ ਲਿਓ, ਲੋਕਾਂ ਨੇ ਉਹ ਰੱਖ ਲਏ ਸੀਗੇ, ਰਾਹ ਦੇ ਵਿੱਚ ਵੀ ਰੋਟੀ ਕਿੱਥੇ ਪਕਾਉਣੀ ਹੈ ਤਾਂ ਉਹ ਰੱਖਿਓ ਸੀਗੇ। ਖੈਰ 2-2.5 ਮਹੀਨੇ ਉੱਥੇ ਠਹਿਰਨਾ ਪੈ ਗਿਆ, ਅਤੇ ਉਹਦੇ ਠਹਿਰਨ ਤੋਂ ਬਾਅਦ ਫਿਰ ਉੱਥੇ ਵੀ ਇੰਸੀਡੈਂਟ ਕਿੱਦਾਂ ਹੋਇਆ ਕਿ ਉਦੋਂ ਫਿਰ ਮਾਮਲਾ ਗਰਮ ਹੋ ਗਿਆ ਸੀਗਾ ਜੀ। ਅੱਛਾ, ਬਲਕਿ ਜੀ ਪਿੰਡੋਂ ਅਸੀਂ ਉੱਠੇ ਵੀ ਨਹੀਂ ਸੀਗੇ,
ਅਤੇ ਸਾਡੇ ਪਿੰਡ ਦੇ ਵਿੱਚ ਉਹਨੇ ਇੱਕ ਲੋਕਲ ਹੀ ਇੱਕ ਗਨ ਬਰੂਦੀ ਤਿਆਰ ਕਰ ਲਈ, ਜਿਹਦੇ ਵਿੱਚ ਸਲਫਰ ਪਾ ਕੇ ਉਹ ਪਾਈਪ ਲੈ ਕੇ ਅਤੇ ਉਹ 'ਤੇ ਠੋਕ ਕੇ ਉਹਦੇ ਉੱਤੇ ਘੋੜੀ ਬਣਾ ਕੇ ਤੋਂ ਪਿੱਛੇ ਉਹ ਪਾ ਕੇ ਬਰੂਦ ਉਹਦੇ ਵਿੱਚ ਅਤੇ ਸਲਫਰ ਪਿੱਛੇ ਅੱਗ ਲਾਉਂਦੇ ਸੀ। ਉਹ ਕੋਈ ਲੁਹਾਰਾਂ ਦਾ ਜਾਂ ਲੁਹਾਰ ਸੀਗੇ, ਉੱਥੇ ਲੁਹਾਰ ਸੀਗੇ ਪਿੰਡ 'ਚ, ਮੁਸਲਮਾਨ ਨਹੀਂ ਸੀਗੇ, ਜੱਟ ਸਿੱਖ ਹੀ ਸੀਗੇ, ਜੱਟ ਸੀਗੇ, ਮੁਸਲਮਾਨ ਲੁਹਾਰ ਕੋਈ ਨਹੀਂ ਸੀਗਾ। ਅੱਛਾ, ਉਹ ਬਣਾ ਲਈ ਸੀਗੀ। ਉਹ ਫਿਰ ਇੱਦਾਂ ਕਰਦੇ ਕਿ ਹਰ ਸ਼ਾਮ ਨੂੰ ਇੱਕ ਜਾਂ ਦੋ ਫਾਇਰ ਉਹਦੇ ਕਰ ਦਿੰਦੇ ਹੁੰਦੇ ਸੀ। ਉਹ ਸਾਰੇ ਅਸਮਾਨ ਦੇ ਵਿੱਚ ਉਹ ਨਾ ਉਹ ਚਮਕਦੇ ਉਹਦੀ ਪੈ ਜਾਣੀ ਰਾਤ ਨੂੰ, ਅਤੇ ਉਹ ਤੋਂ ਇਹ ਸੀ ਕਿ ਕੋਈ ਡਰਦਾ ਫਿਰ ਉੱਧਰ ਆਉਂਦਾ ਨਹੀਂ ਸੀਗਾ। ਇੱਕ ਗੱਲ ਹੋਰ ਵੀ ਉੱਥੇ ਨਾਲ ਲੱਗਦੀ ਕਰ ਲਵਾਂ, ਇਹ ਬੁੱਢੀ ਪਿੰਡ ਵਾਲੇ ਕਹਿ ਲਓ, ਚੌਹਾਨ ਕਹਿ ਲਓ, ਇਹ ਵੀ ਥੋੜ੍ਹੇ ਜਿਹੇ ਨਾ ਲੜਾ ਕੇ ਜਾਂ ਅੜਬ ਸੁਭਾਅ ਦੇ ਮੰਨੇ ਗਏ ਨਾ ਜੀ, ਅੜਨ ਵਾਲੇ ਆਮ ਲੋਕਾਂ ਨਾਲੋਂ। ਇੱਦਾਂ ਹੈ ਕਿ ਮੈਂ ਜ਼ਿਆਦਾ ਇਸ ਚੀਜ਼ 'ਤੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਉਹ ਛੋਟਾ ਸੀ, ਮੈਂ ਜ਼ਿਆਦਾ ਟਰੇਡ ਸੀ ਨਹੀਂ, ਜੋ ਇੱਕ ਨਹੀਂ ਜੋ ਇੱਕ ਇਲਾਕੇ ਦੇ ਵਿੱਚ ਹਵਾ ਬਣ ਜਾਂਦੀ ਨਾ, ਮੈਂ ਉਹ ਦੱਸ ਦਿੰਦਾ। ਹਾਂਜੀ, ਉਹ ਇੱਦਾਂ ਸੀਗੀ ਕਿ ਸਾਰੀ ਫੈਮਿਲੀਆਂ ਤਕੜੀਆਂ ਸੀਗੀਆਂ ਜੀ, ਅਤੇ ਇਹਨਾਂ ਦੇ ਵਿੱਚੋਂ ਉਸ ਵੇਲੇ ਵੀ ਬਾਹਰ ਗਏ ਸੀ ਮਾਸਟਰ ਦਸੌਂਦਾ ਸਿੰਘ, ਉਹਨਾਂ ਦਾ ਭਣੋਈਆ ਉੱਧਰ ਹੁੰਦਾ ਸੀਗਾ ਅਮਰੀਕਾ 'ਚ। ਅੱਛਾ, ਉਹ ਫਿਰ ਥੋੜ੍ਹਾ ਬਹੁਤਾ ਜਦੋਂ ਇੱਦਾਂ ਦਾ ਹੋਵੇ ਉਹ ਆ ਤਾਂ ਜਾਂਦੀ ਹੈ ਗੱਲ ਜੀ, ਅਤੇ ਜਿਹੜੇ ਫਿਰ ਕਮਜ਼ੋਰ ਤਬਕਾ ਹੋਵੇ ਉਹ ਫਿਰ ਆਪਸ ਦੇ ਵਿੱਚ ਕੋਈ ਇੱਦਾਂ ਦੀ ਹੋ ਜਾਂਦੀ ਹੈ, ਇਹ ਹੋ ਸਕਦੀ ਆ, ਲੇਕਿਨ ਸਪੈਸੀਫਿਕਲੀ ਮੈਂ ਇਹਦੇ ਬਾਰੇ ਕੁਛ ਜ਼ਿਆਦਾ ਨਹੀਂ ਕਹਿ ਸਕਦਾ। ਅੱਛਾ, ਫਿਰ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਸਾਡੇ ਪਿਤਾ ਜੀ ਨੇ ਪੈਸੇ ਲੈਣੇ ਸੀ ਮੁਸਲਮਾਨਾਂ ਦੇ ਪਿੰਡਾਂ 'ਚੋਂ। ਅੱਛਾ ਜੀ, ਉਹ ਸੂਤ ਦੇ, ਹਾਂ ਜੋ ਵੀ ਹੈ ਜੀ, ਅਤੇ ਉਹ ਇੱਕ ਪਿੰਡ ਦੇ ਵਿੱਚ ਤਾਂ ਗਏ ਉੱਥੋਂ, ਕਿਹੜਾ ਪਿੰਡ ਸੀ ਉਹ ਪਤਾ ਨਹੀਂ, ਉਹ ਪਿੰਡ ਇੱਕਦਮ ਠਾੜ ਚੱਕ ਲੀਲਾ ਤੁਹਾਡੇ ਨੇੜੇ, ਨਹੀਂ ਮੈਨੂੰ ਨਹੀਂ ਪਤਾ, ਉਹ ਕੋਈ ਯਾਦ ਨਹੀਂ ਮੈਨੂੰ, ਉੱਥੋਂ ਤਾਂ ਪੈਸੇ ਮਿਲੇ ਨਹੀਂ, ਇਹ ਆ ਗਏ। ਅੱਛਾ, ਇੱਕ ਪਿੰਡ ਧਰਮਕੋਟ ਹੀ ਸੀਗਾ ਜੀ, ਉੱਥੇ ਲੈਣ ਗਏ। ਉੱਥੇ ਅਲਫਦੀਨ ਹੁੰਦਾ ਸੀ ਇੱਕ ਜੀ, ਉਹ ਅਲਫਦੀਨ ਦੇ ਸਹੁਰੇ ਟੱਟੀ ਸੀਗੇ ਜਿੱਥੇ ਸਾਡੇ ਪਿਤਾ ਜੀ ਦੇ ਸਹੁਰੇ ਸੀਗੇ, ਸਾਂਢੂ ਲੱਗਦੇ ਅਤੇ ਉਹਦੇ ਘਰ ਵਾਲੀ ਉਹ ਸਾਂਢੂ ਸੀਗੇ, ਅਤੇ ਸਾਡੇ ਪਿਤਾ ਜੀ ਗਏ, ਉਹਨੂੰ ਪੈਸਿਆਂ ਪੂਸਿਆਂ ਦਾ ਤਾਂ ਇੰਤਜ਼ਾਮ ਕਰਤਾ, ਲੇਕਿਨ ਉਹ ਕਹਿੰਦਾ ਬਾਬੂ ਰਾਮਾ ਇੱਦਾਂ ਹੈਗੀ ਆ, ਇੱਥੇ ਹੈਗਾ ਖਤਰਾ, ਚੱਲ ਮੈਂ ਤੈਨੂੰ ਛੱਡਿਆ ਵਾਂ, ਨਗਾਇਆ ਵਾਂ, ਤਾਂ ਉਹ ਸਾਡੇ ਪਿਤਾ ਜੀ ਸੇਫ ਆ ਗਏ। ਅੱਛਾ, ਉਹ ਸੇਫ ਆ ਗਏ, ਨਹੀਂ ਤਾਂ ਉੱਥੇ ਲੈ ਜਾਂਦੇ ਸੀਗੇ ਮਸੀਤ ਦੇ ਵਿੱਚ, ਕੱਟ ਕੁੱਟ ਦੇਣਾ ਸਭ ਕੁਛ, ਅਤੇ ਇੱਦਾਂ ਸੀਗੀ। ਅੱਛਾ, ਫਿਰ ਸਾਡੀ ਬਰਾਦਰੀ ਦੇ ਇੱਕ ਬੰਦੇ, ਸਾਡਾ ਇੱਕ ਤਾਂ ਗੁਆਂਢੀ ਸੀ ਮਾੜਾ ਸਿੰਘ, ਇੱਕ ਉਹਦਾ ਹੋਰ ਕੋਈ ਪੁੱਤਰੀਜਾ ਸੀਗਾ, ਇਹ ਦੋ ਬੰਦੇ ਇਹਨੇ ਵੀ ਕਿਸੇ ਪੈਸੇ ਲੈਣੇ ਸੀ, ਇਹ ਮੁਸਲਮਾਨਾਂ ਦੇ ਪਿੰਡਾਂ 'ਚ ਗਏ। ਅੱਛਾ, ਇਹ ਜਦੋਂ ਗਏ ਤਾਂ ਉਹਨੇ ਲੈ ਕੇਰ ਮਸੀਤੇ ਲੈ ਗਏ, ਦਾੜੀਆਂ ਦੂੜੀਆਂ ਸਭ ਕੱਟ ਕੇ ਕਲਮਾ ਕੁਲਮਾ ਪੜ੍ਹਾ ਤਾ, ਬੰਨ ਬੁੰਨ ਕੇ ਜਦੋਂ ਆਏ ਤਾਂ ਘਰ ਦੇ ਪਛਾਣੇ ਕੀ ਬਣਿਆ, ਤੂੰ ਇੱਦਾਂ ਉਹ ਵਿਚਾਰੇ ਸ਼ਾਇਦ ਨਿਕਲਦੇ ਵੀ ਨਹੀਂ ਸੀਗੇ ਬਾਹਰ, ਹੈਨੀ, ਇਹ ਗੱਲ ਰਹੀ ਹੈ। ਅੱਛਾ, ਹੋਰ ਮੈਂ ਤੁਹਾਨੂੰ ਇੰਸੀਡੈਂਟਸ, ਪੈਸੇ ਲੈਣ ਗਿਆ ਮੁਸਲਮਾਨ ਬਣ ਕੇ, ਹਾਂ ਮੁਸਲਮਾਨ ਬਣ, ਪੈਸੇ ਨਹੀਂ ਮਿਲੇ ਹੋਣੇ, ਪੈਸੇ ਕਹਿੰਦੇ ਕਹਿੰਦੇ ਨੇ। ਅੱਛਾ, ਹੋਰ ਮੈਂ ਆਪਣੀ ਦੱਸ ਦਿੰਦਾ,